ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ ਸਿੰਘੂ ਟਿਕਰੀ ਗਾਜ਼ੀਪੁਰ ਬਾਰਡਰ ਉੱਤੇ ਵੱਡੀਆਂ ਸ਼ਾਪਿੰਗ ਮਾਲਾਂ ਤੇ ਟੋਲ ਪਲਾਜ਼ਿਆਂ ਉੱਤੇ ਮੋਦੀ ਸਰਕਾਰ ਦੀ ਹਿੱਕ ਉੱਤੇ ਹਰ ਉਸ ਥਾਂ ਉੱਤੇ ਜਿੱਥੇ-ਜਿੱਥੇ ਜੁਝਾਰੂ ਕਿਸਾਨਾਂ ਦਾ ਵਸ ਚੱਲਦਾ ਇੱਕ ਪਖਵਾ ਅੰਦੋਲਨ ਤਾਰੀ ਹੈ ਸਰਦੀਆਂ ਗਰਮੀਆਂ ਜਾਰੀ ਹੈ ਅੰਦੋਲਨ ਦੀ ਹਰ ਸਟੇਜ ਪਿੱਛੇ ਟੰਗੇ ਬੈਨਰ ਉੱਤੇ ਇੱਕ ਨਾਰਾ ਹੈ ਹਫ਼ਤੇਆਂ ਮਹੀਨਿਆਂ ਤੋਂ ਇਲਾਊਡ ਸਪੀਕਰਾਂ ਤੋਂ ਗਰਜ ਰਿਹਾ ਹੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਆੜਤੀਆਂ ਅਤੇ ਕਿਸਾਨਾਂ ਦੇ ਨੌ ਮਾਸਤ ਦੇ ਰਿਸ਼ਤੇ ਦੀ ਸੌ ਤਾਂ ਖੈਰ ਪੰਜਾਬ ਦੇ ਸਾਰੇ ਸਿਆਸਤਦਾਨ ਖਾਂਦੇ ਨੇ ਪਰ ਇਹ ਕਿਸਾਨਾਂ ਮਜ਼ਦੂਰਾਂ ਦਾ ਨੌ ਮਾਸਤ ਦਾ ਰਿਸ਼ਤਾ ਕਿਵੇਂ ਨਿਭਦਾ ਪਿਛਲੇ ਦਹਾਕਿਆਂ ਤੋਂ ਕਿਵੇਂ ਚੱਲਦਾ ਆ ਰਿਹਾ ਸੀ ਅਤੇ ਹੁਣ ਜਦੋਂ ਅਸੀਂ ਅੰਦੋਲਣੀ ਵਕਤਾਂ ਵਿੱਚ ਰਹਿ ਰਹੇ ਹਾਂ ਜ਼ਮੀਨਾ ਟਰੈਕਟਰਾਂ ਵਾਲੇ ਕਿਸਾਨ ਅਤੇ ਬੇਜ਼ਮੀਨੇ ਮਜ਼ਦੂਰੀ ਮੰਡਰੇਗਾ ਨੂੰ ਤਰਸਦੇ ਬਿਨ ਟਰੈਕਟਰ ਮਜ਼ਦੂਰ ਇਸ ਮੋਰਚੇ ਵਿੱਚ ਅੰਦੋਲਨ ਜੀ ਵੀ ਹੋਣ ਦੀ ਸਾਂਝ ਪਾਈ ਬੈਠੇ ਹਨ ਦਾ ਸਮਝਣ ਦਾ ਵਕਤ ਆ ਗਿਆ ਹੈ ਕਿ ਕਿਸਾਨ ਮਜ਼ਦੂਰ ਇਕਤਾ ਕਿੰਨੀ ਕੁ ਜ਼ਿੰਦਾਬਾਦ ਹੋ ਗਈ ਹੈ ਜਿੰਨੀ ਇਕਤਾ ਸਿੰਘੂ ਟਿਕਰੀ ਬਾਰਡਰ ਤੇ ਹੈ ਉਨੀ ਪਿੰਡ ਵਿੱਚ ਵੀ ਹੈ ਮਜ਼ਦੂਰ ਦਾ ਪਿੰਡ ਜਾਂ ਪਿੰਡ ਵਾਸੀਆਂ ਨਾਲ ਸਮਾਜਿਕ ਰਿਸ਼ਤਾ ਕੀ ਹੈ ਅਤੇ ਕਿਸਾਨ ਅੰਦੋਲਨ ਵਿੱਚ ਮਜ਼ਦੂਰ ਕਿੰਨਾ ਕੁ ਹੈ ਕਿ ਉੱਥੇ ਵੀ ਮਿਹਨਤ ਸ਼ਮੂਲੀਅਤ ਪੂਰੀ ਪਰ ਫੈਸਲੇ ਵਿੱਚ ਹਿੱਸਾ ਥੋੜਾ ਬੀਪੀਐਲ ਇਸ ਸੱਤੇ ਚਰਚਾ ਕਰਨ ਲਈ ਅੱਛਾੜ ਨਾਲ ਜੁੜਰੇ ਨੇ ਬਹੁਤ ਹੀ ਪ੍ਰਵੁੱਧ ਪੱਤਰਕਾਰ ਹਮੀਰ ਸਿੰਘ ਜੀ ਜਿਹੜੇ ਲੰਬੇ ਸਮੇਂ ਤੋਂ ਪਿੰਡਾਂ ਵਿੱਚ ਜੀਵੀ ਜਾਂਦੀ ਜ਼ਿੰਦਗੀ ਬਾਰਡਰ ਤੇ ਲੜੇ ਜਾ ਰਹੇ ਅੰਦੋਲਨ ਅਤੇ ਵਿਕਾਸ ਦੇ ਮਾਡਲਾਂ ਨੂੰ ਨੇੜਿਓਂ ਪਰਦੇ ਨਜ਼ਰਦੇ ਨੇ ਸਾਡੇ ਨਾਲ ਜੁੜਰੇ ਨੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਨੁਮਾਇੰਦੇ ਇਹਦੇ ਜਨਰਲ ਸਕੱਤਰ ਲక్ష్ਮਨ ਸਿੰਘ ਸੇਵੇਵਾਲਾ ਜੀ ਪਿੰਡਾਂ ਦੇ ਵਿੱਚ ਮਜ਼ਦੂਰਾਂ ਦੇ ਘੋਲਾਂ ਦੇ ਵਿੱਚ ਮਜ਼ਦੂਰਾਂ ਦੇ ਕਿਸਾਨਾਂ ਦੇ ਨਾਲ ਘੋਲਾਂ ਵਿੱਚ ਤੇ ਮਜ਼ਦੂਰਾਂ ਤੇ ਕਿਸਾਨਾਂ ਦੇ ਰਲ ਕੇ ਸਰਕਾਰ ਦੇ ਖਿਲਾਫ ਘੋਲਾ ਵਿੱਚ ਲਛਮਨ ਸਿੰਘ ਸੇਵੇਵਾਲਾ ਜੀ ਮੂਰਿਆਂ ਸਫਾ ਵਿੱਚ ਲੜਦੇ ਦੇਖੇ ਗਏ ਨੇ ਸਾਰਨਲ ਜੁੜਰੇ ਨੇ ਪੰਜਾਬੀ ਯੂਨੀਵਰਸਿਟੀ ਤੋਂ ਪੋਲੀਟੀਕਲ ਸਾਇੰਸ ਦੇ ਨਾਲ ਬਬਸਤਾ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਜੀ ਇਹਨਾਂ ਵਰਤਾਰਿਆਂ ਦੀਆਂ ਲੇਅਰਸ ਨੂੰ ਸਟੱਡੀ ਕਰਦੇ ਨੇ ਸਮਾਜ ਪੂੰਜੀ ਅਤੇ ਮਜ਼ਦੂਰੀ ਦੇ ਰਿਸ਼ਤੇ ਕਿਵੇਂ ਬਣਦੇ ਨੇ ਕਿਸ ਦੇ ਹੱਕ ਵਿੱਚ ਨਿਭਦੇ ਨੇ ਇਹਦਾ ਨਿਤਾਰਾ ਕਰਦੇ ਨੇ ਹਮੇਸ਼ ਸਿੰਘ ਜੀ ਇਹ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿੰਨੀ ਕੁ ਹੋ ਗਈ ਹੈ ਅੰਦੋਲਨ ਦੇ ਸਮਿਆਂ ਵਿੱਚ ਕਿਵੇਂ ਹੋ ਰਹੀ ਹੈ ਪਹਿਲਾਂ ਕਿਵੇਂ ਸੀ ਤੇ ਤੁਹਾਨੂੰ ਇਹਦਾ ਪਿਵੇ ਕਿਵੇਂ ਦਿਖਾਈ ਦੇ ਰਿਹਾ ਹੈ ਤੇ ਜੇ ਵਿੱਚ ਵਿੱਚ ਕਿਧਰੇ ਕਿਧਰੇ ਸਟ੍ਰੈਟਜੀ ਦੇ ਤੌਰ ਤੇ ਇਕਤਾ ਤੇ ਦਿਲਾਂ ਵਿੱਚ ਬੇਈਮਾਨੀ ਹੈ ਤੇ ਉਹਦਾ ਵੀ ਖੁਲਾਸਾ ਕਰਨਾ ਚਾਹੀਦਾ ਭਾਵੇਂ ਅੰਦੋਲਨ ਵਾਲੇ ਸੁਣਦੇ ਵੀ ਹੋਣ ਬਲਕਿ ਉਹ ਸੁਣਦੇ ਹੋਣ ਤਾਂ ਕਰਨਾ ਹੀ ਚਾਹੀਦਾ ਬਿਲਕੁਲ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਿੰਨ ਕਾਨੂੰਨ ਨੇ ਜਿਹੜੇ ਕਾਲੇ ਕਾਨੂੰਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਖੇਤੀ ਨਾਲ ਸੰਬੰਧਤ ਐਕਚੁਅਲੀ ਖੇਤੀ ਨਾਲ ਸੰਬੰਧਤ ਨਹੀਂ ਉਹ ਬਣ ਜਿੱਤੇ ਵਪਾਰ ਨਾਲ ਸੰਬੰਧਤ ਨੇ ਤੇ ਉਹਨਾਂ ਦਾ ਨਾਮ ਉਹਨ ਖੇਤੀ ਨਾਲ ਸੰਬੰਧਤ ਪੈ ਗਿਆ ਉਹ ਨੇ ਤੇ ਇੱਕ ਐਮਐਸਪੀ ਦੀ ਖਰੀਦ ਦੀ ਗਾਰੰਟੀ ਕਾਨੂੰਨੀ ਗਾਰੰਟੀ ਦਾ ਕੁਐਸਚਨ ਹੈ ਤੇ ਉਹਦੇ ਤੋਂ ਬਿਨਾਂ ਦੋ ਹੋਰ ਵਿੱਚ ਦੀ ਆ ਗਏ ਕਾਨੂੰਨ ਬਿਜਲੀ ਵਾਲਾ ਤਜਵੀਜ ਦਾ ਬਿੱਲ ਸੀਗਾ ਤੇ ਜਾਂ ਪਰਾਲੀ ਦੇ ਨਾਲ ਜੋੜ ਕੇ এনਵਾਇਰਨਮੈਂਟ ਦਾ ਜੁਰਮਾਨੇ ਦਾ ਸਵਾਲ ਸੀ ਇਹਦੇ ਤੇ ਜਦੋਂ ਫੋਕਸ ਹੋਇਆ ਤਾਂ ਬਿਨਾਂ ਸ਼ੱਕ ਇੱਕ ਗੱਲ ਸਭ ਨੂੰ ਲੱਗੀ ਕਿ ਇਹ ਕਾਨੂੰਨ ਕੱਲੇ ਕਿਸਾਨ ਦੇ ਖਿਲਾਫ ਨਹੀਂ ਹੂੰ ਇਹ ਕਾਨੂੰਨ ਪੂਰੇ ਸਾਰੇ ਉਹਨਾਂ ਖੱਤਕਾਰਾਂ ਦੇ ਖਿਲਾਫ ਮਜ਼ਦੂਰ ਹੋਵੇ ਮਜ਼ਦੂਰਾਂ ਤੱਕ ਇੱਥੇ ਹੈ ਇੰਡੀਪੈਂਡੈਂਟ ਜਿਹੜੇ ਖੇਤ ਮਜ਼ਦੂਰ ਨੇ ਉਹ ਸਾਰਿਆਂ ਦੇ ਖਿਲਾਫ ਹੈਗਾ ਪਰ ਬਿਨਾਂ ਸ਼ੱਕ ਅੰਦੋਲਨ ਇਹ ਕਿਸਾਨ ਅੰਦੋਲਨ ਦੇ ਵਜੋਂ ਸ਼ੁਰੂ ਹੋਇਆ ਇਹ ਚ ਕੋਈ ਦੋਰਾ ਨਹੀਂ ਹੈ ਕਿ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋਏ ਪਹਿਲਾਂ ਪੰਜਾਬ ਦੀਆਂ 32 ਜਥੇਬੰਦੀਆਂ ਇਕੱਠੀਆਂ ਹੋਈਆਂ ਫਿਰ ਹੋਰ ਦੇਸ਼ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਉਹ ਸਾਰਾ ਇੱਕ ਪ੍ਰੋਸੈਸ ਚੱਲੇਗਾ ਪਰ ਪਹਿਲੇ ਦਿਨ ਤੋਂ ਹੀ ਇਹ ਅਹਿਸਾਸ ਹੋਇਆ ਕਿਸਾਨ ਜਥੇਬੰਦੀਆਂ ਨੂੰ ਜ਼ਰੂਰ ਵੀ ਇਹਦੇ ਨਾਲ ਮਜ਼ਦੂਰ ਸ਼ਬਦ ਜੋੜ ਦਿੱਤਾ ਜਾਏ ਕਿਸਾਨ ਮਜ਼ਦੂਰ ਇੱਕ ਗੱਲ ਤਾਂ ਸਭ ਦੇ ਸਾਹਮਣੇ ਹੈ ਕਿ ਕਿਸਾਨ ਤੇ ਮਜ਼ਦੂਰ ਕਿਤੇ ਦੇ ਤੌਰ ਤੇ ਪਿੰਡ ਦੇ ਵਿੱਚ ਰਹਿਣ ਦੇ ਤੌਰ ਤੇ ਅੰਤਰ ਨਿਰਭਰ ਨੇ ਇੱਕ ਦੂਜੇ ਤੇ ਮਤਲਬ ਇਹ ਨਹੀਂ ਹੈ ਕਿ ਕਿਸਾਨ ਦਾ ਮਜ਼ਦੂਰ ਬਿਨਾ ਚੱਲ ਸਕਦਾ ਹੋਵੇ ਜਾਂ ਮਜ਼ਦੂਰ ਦਾ ਕਿਸਾਨ ਬਿਨਾ ਚੱਲ ਸਕਦਾ ਹੋਵੇ ਪਰ ਪ੍ਰੈਕਟਿਸ ਇਹ ਤੋਂ ਉਲਟ ਹੈ ਅੰਤਰ ਨਿਰਭਰ ਦਾ ਮਤਲਬ ਹੁੰਦਾ ਕਿ ਦੋਨੋਂ ਥੋੜਾ ਬਰਾਬਰੀ ਚ ਆਉਂਦੇ ਨੇ ਦੋਨਾਂ ਦੀ ਸੁਣੀ ਜਾਂਦੀ ਹੈ ਦੋਨਾਂ ਨਾਲ ਗੱਲ ਹੁੰਦੀ ਹੈ ਇੱਕ ਦੂਜੇ ਦੀ رائے ਮੰਨੀ ਜਾਂਦੀ ਹੈ ਇਸ ਅੰਦੋਲਨ ਦੇ ਵਿੱਚ ਸਾਰੇ ਵਰਗਾਂ ਦਾ ਸਹਿਯੋਗ ਹੈ ਨੂੰ ਇਸ ਲਈ ਕਿਹਾ ਜਾਂਦਾ ਕਿਸਾਨ ਅੰਦੋਲਨ ਦੀ بجائے ਇਹ ਲੋਕ ਅੰਦੋਲਨ ਬਣ ਗਿਆ ਪਰ ਲੋਕ ਅੰਦੋਲਨ ਇਸ ਸੈਂਸ ਦਾ ਬਣ ਗਿਆ ਕਿ ਉਹ ਓਪਨਲੀ ਵਿਰੋਧ ਨਹੀਂ ਪਰ ਜਿਹੜੀ ਇੱਕ ਸਰਗਰਮ ਸਮੂਲੀਅਤ ਹੈ ਮਤਲਬ ਜਥੇਬੰਦਕ ਐਂਗਲ ਦੇ ਨਾਲ ਜੁੜੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਛੱਡ ਕੇ ਤੇ ਉੱਥੇ ਜਿਹੜੀ ਸਰਗਰਮ ਸਮੂਲੀਅਤ ਇਸ ਕਰਕੇ ਦਿਖਾਈ ਨਹੀਂ ਦਿੰਦੀ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇੱਕ ਜਾਤੀਗਤ ਟਕਰਾਅ ਵੀ ਹੈ ਉਹ ਦਿਖਾਈ ਦਿੰਦਾ ਪਿੰਡਾਂ ਦੇ ਵਿੱਚ ਵੱਖ-ਵੱਖ ਤਾਂ ਮਜ਼ਦੂਰ ਇਹ ਸੋਚਦਾ ਹੈ ਜ਼ਰੂਰ ਜਦੋਂ ਵੀ ਪਿੰਡਾਂ 'ਚ ਤੁਸੀਂ ਜਾਓ ਜਾ ਕੇ ਉਹਨਾਂ ਨੂੰ ਇਹ ਲੱਗਦਾ ਕਿ ਜਦੋਂ ਉਹ ਮਨਰੇਗਾ ਦੇ 100 ਦਿਨ ਦੀ ਦਿਹਾੜੀ ਲਈ ਲੜਦਾ ਹੈ ਜਦੋਂ ਉਹ ਕਾਨੂੰਨਨ ਤੌਰ ਤੇ ਮਿਲੇ ਤੀਜੇ ਹਿੱਸੇ ਦੇ ਜ਼ਮੀਨ ਦੇ ਹੱਕ ਦੇ ਲਈ ਲੜਦਾ ਹੈ ਠੇਕੇ ਤੇ ਜ਼ਮੀਨ ਨਹੀਂ ਮਿਲਦੀਆਂ ਜਦੋਂ ਉਹ ਫਾਈਨਾਂਸ ਕੰਪਨੀਆਂ ਦੀ ਲੁੱਟ ਦੇ ਖਿਲਾਫ ਲੜਦਾ ਹੈ ਜਦੋਂ ਆਪਣੀ ਹੋਂਦ ਲਈ ਲੜਦਾ ਉਦੋਂ ਇਸ ਕਿਸਾਨੀ ਧਿਰ ਨੂੰ سپورਟ ਨਜ਼ਰ ਨਹੀਂ ਆਉਂਦੀ ਮਤਲਬ ਸਪੋਰਟ ਤਾਂ ਛੱਡੋ ਬਲਕਿ ਬਹੁਤੀ ਵਾਰ ਟਕਰਾ ਜਾਉ ਉਸ ਲੈਵਲ ਦੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ ਸੋ ਇਸ ਵਿਲੇ ਜਿਹੜਾ ਅੰਦੋਲਨ ਦਾ ਇੱਕ ਹੈ ਇੱਕ ਤਾਂ ਉਹ ਸਟਰੈਟਜੀ ਦਾ ਹਿੱਸਾ ਹੈ ਇੱਕ ਤਾਂ ਤੁਹਾਨੂੰ ਨੰਬਰ ਚਾਹੀਦੇ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਆਣ ਤੇ ਮਜ਼ਦੂਰ ਉਹ ਨੰਬਰ ਫਰਹਾਮ ਕਰਦੇ ਨੇ ਪਰ ਇਸ ਇੱਕੇ ਨੂੰ ਸੇਵੇ ਵਾਲਾ ਜੀ ਆਪਰੇਸ਼ਨਲਾਈਜ਼ ਵੀ ਤਾਂ ਕਰਨਾ ਹੁੰਦਾ ਨਾ ਇੱਕਾ ਆਪਰੇਸ਼ਨਲਾਈਜ਼ ਕਿਵੇਂ ਹੋਵੇਗਾ ਮੈਂ ਸਟਰੈਟਜੀ ਤਾਂ ਬਣਾ ਲਈ ਕਿ ਇੱਕਾ ਹੋਵੇ ਆਪਰੇਸ਼ਨਲਾਈਜ਼ ਦਾ ਮਤਲਬ ਹੁੰਦਾ ਹੈ ਕਿ ਜਿਸ ਵੇਲੇ ਫੈਸਲਾ ਡਿਸੀਜਨ 메ਕਿੰਗ ਹੋਣੀ ਹੈ ਫੈਸਲੇ ਲਏ ਜਾਣੇ ਨੇ ਤੇ ਉਹਦੇ ਵਿੱਚ ਮਜ਼ਦੂਰਾਂ ਦੀ ਧਿਰ ਦੀ ਸ਼ਮੂਲੀਅਤ ਕਿੰਨੀ ਹੋਵੇਗੀ ਫਿਰ ਥੱਲੇ ਨੇਤਾ ਤੁਹਾਡੇ ਵਰਗੇ ਨੇਤਾ ਪਿੰਡ ਦੇ ਵਿੱਚ ਆਪਣੇ ਲੋਕਾਂ ਨੂੰ ਕਿਵੇਂ ਕਹਿ ਸਕਣ ਪਿੰਡ ਦੇ ਵਿੱਚ ਉਹ ਏਕਾ ਦਿਖਾਈ ਦੇਣਾ ਚਾਹੀਦਾ ਜਿਹੜੀਆਂ ਪਹਿਲੇ ਦੀਆਂ ਪਾਈਆਂ ਹੋਈਆਂ ਕੰਧਾਂ ਨੇ ਉਹ ਟੁੱਟਣੀਆਂ ਚਾਹੀਦੀਆਂ ਨੇ ਇੱਕ ਦੂਜੇ ਦਾ ਸਮਾਜ ਦੇ ਵਿੱਚ ਆਣਾ ਜਾਣਾ ਇੱਕ ਦੂਜੇ ਦੀ ਜਿਹੜੀ ਪੁੱਛ ਪ੍ਰਤੀਤ ਹੁੰਦੀ ਹੈ ਪਤਾ ਲੱਗਦਾ ਕਿ ਇਹ ਬਰਾਬਰੀ ਦਾ ਰਿਸ਼ਤਾ ਹੈ ਉੱਥੇ ਤੋਂ ਬਰਾਬਰੀ ਦਾ ਰਿਸ਼ਤਾ ਨਹੀਂ ਹੈ ਸੋ ਇਹ ਏਕਾ ਕਿਵੇਂ ઓਪਰੇਸ਼ਨਲਾਈਜ਼ ਹੋਵੇਗਾ ਤੁਸੀਂ ਸੱਚਮੁੱਚ ਏਕੇ ਵਿੱਚੋਂ ਕਿ ਅਜੇ ਤੁਸੀਂ ਸਪੋਰਟ ਕਰ ਰਹੇ ਹੋ ਉਹਨਾਂ ਨੂੰ ਲੋਡ ਹੈ ਤੇ ਤੁਹਾਡਾ ਵੀ ਉਹਨਾਂ ਤੋਂ ਬਿਨਾ ਚੱਲਦਾ ਨਹੀਂ ਇਸ ਕਰਕੇ ਤੁਹਾਡੇ ਕੋਲ ਇਹ ਤੁਹਾਡੀ ਡਿਫਾਲਟ ਪੋਜੀਸ਼ਨ ਇਹ ਹੀ ਹੋਣੀ ਸੀ ਜਿੱਥੋਂ ਤੱਕ ਮਜ਼ਦੂਰਾਂ ਤੇ ਕਿਸਾਨਾਂ ਦੇ ਸਮਾਜਿਕ ਰਿਸ਼ਤਿਆਂ ਦਾ ਮਸਲਾ ਹੈ ਆਰਥਿਕ ਮਸਲਿਆਂ ਦਾ ਰਿਸ਼ਤਾ ਹੈ ਇਹ ਜਿਵੇਂ ਹਮੀਰ ਸਿੰਘ ਉਹਨਾਂ ਨੇ ਕਿਹਾ ਕਿ ਇੱਕ ਦੂਜੇ ਤੇ ਅੰਤਰ ਨਿਰਭਰ ਹੈ ਔਰ ਮੌਜੂਦਾ ਘੋੜ ਦੇ ਦੌਰਾਨ ਜਿਹੜੇ ਇਹ ਕਾਨੂੰਨ ਆਏ ਹੋਏ ਆ ਇਹ ਕਾਨੂੰਨਾਂ ਦਾ ਅਸੀਂ ਇਹ ਸਮਝਦੇ ਆ ਕਿ ਸਭ ਤੋਂ ਵੱਧ ਜੇ ਅਸਰ ਹੋਣਾ ਹੈ ਕਿਸਾਨਾਂ ਨਾਲੋਂ ਵੀ ਵੱਡਾ ਅਸਰ ਆ ਜਿਹੜਾ ਉਹ ਮਜ਼ਦੂਰ ਵਰਗ ਦੇ ਉੱਤੇ ਹੋਣਾ ਹੈ ਹਮ ਕਿਸਾਨ ਦੇ ਮਾਮਲੇ ਦੇ ਵਿੱਚ ਇਹ ਕਿਹਾ ਜਾਂਦਾ ਕਿ ਉਹਦੀ ਜ਼ਮੀਨ ਤੇ ਹਮਲਾ ਹੈ ਮਜ਼ਦੂਰ ਦੇ ਮਾਮਲੇ ਚ ਅਸੀਂ ਕਹਿੰਦੇ ਆ ਕਿ ਉਹਦੀ ਰੋਟੀ ਤੇ ਹਮਲਾ ਹੈ ਉਹਦੀ ਰੋਟੀ ਖੁੱਸ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਜਿਹੜਾ ਜਥੇਬੰਦਕ ਸਿੱਖਸ਼ਣ ਹਲੇ ਉਹੋ ਹੀ ਸੰਘਰਸ਼ ਦੀ سپورਟ ਤੇ ਆਇਆ ਹੋਇਆ ਜਿਹੜਾ ਆਮ ਵੱਡਾ ਹਿੱਸਾ ਮਜ਼ਦੂਰਾਂ ਦਾ ਉਹ ਹਲੇ ਤੋਂ ਪਸਿਆ ਕਿ ਜਦੋਂ ਤੁਸੀਂ ਇਹ ਸ਼ਬਦ ਵਰਤਦੇ ਹੋ ਮਜ਼ਦੂਰ ਤਾਂ ਤੁਸੀਂ ਮਤਲਬ ਹਮੀਰ ਸਿੰਘ ਜੀ ਵੀ ਤੇ ਤੁਸੀਂ ਵੀ ਗੱਲ ਕਰਦੇ ਆ ਕਰਦੇ ਆ ਮਜ਼ਦੂਰ ਤੇ ਜਾਤ ਨੂੰ ਆਲਮੋਸਟ ਇਕੱਠਿਆਂ ਹੀ ਵਰਤ ਰਿਹਾ ਹੋ ਜਿਹਦਾ ਮਤਲਬ ਹੈ ਕਿ ਵਡੇਰੀ ਗਿਣਤੀ ਵਿੱਚ ਮਜ਼ਦੂਰ ਲਗਭਗ ਸ਼ੈਡਿਊਲਡ ਕਾਸਟ ਦਲਿਤ ਦਾ ਆਪਾਂ ਨਾਰਮਲ ਦਲਿਤ ਨੂੰ ਬਿਲੋਂਗ ਕਰਦੇ ਨੇ ਐਸ்சி ਬੀਸੀ ਕਮਿਊਨिटीज ਦੇ ਵਿੱਚੋਂ ਆਉਂਦੇ ਨੇ ਸੋ ਉਹ ਪਾੜਾ ਤਾਂ ਪਹਿਲਾਂ ਤੋਂ ਹੈ ਹੀ ਜੀ ਔਰ ਦੂਸਰੀ ਗੱਲ ਇਹ ਹੈਗੀ ਆ ਕਿ ਹੌਲੀ-ਹੌਲੀ ਇਹ ਪਾੜਾ ਘਟ ਵੀ ਰਿਹਾ ਬਹੁਤ ਸਾਰੇ ਘੋਲ ਪੰਜਾਬ ਦੀ ਧਰਤੀ ਦੇ ਉੱਤੇ ਹੋਏ ਜਿੱਥੇ ਮਜ਼ਦੂਰਾਂ ਦੇ ਨਾਲ ਬਹੁਤ ਵਿਆਪਕ ਪੱਧਰ ਦੇ ਉੱਤੇ ਬੇਇਨਸਾਫੀ ਹੋਈ ਚਾਹੇ ਜਲੂਰ ਕਾਂਡ ਲੈ ਲਓ ਗੰਨੜ ਕਾਂਡ ਲੈ ਲਓ ਹੋਰ ਅਲੱਗ-ਅਲੱਗ ਥਾਵਾਂ ਤੇ ਬਹੁਤ ਵੱਡੇ ਕਾਂਡ ਹੋਏ ਜਿੱਥੇ ਮਜ਼ਦੂਰਾਂ ਨਾਲ ਉੱਚ ਜਾਤੀ ਨਾਲ ਸੰਬੰਧਿਤ ਜਿਹੜੇ ਕਿਸਾਨੀ ਨਾਲ ਸੰਬੰਧਿਤ ਬੰਦੇ ਸੀਗੇ ਉਹਨਾਂ ਨੇ ਉਹਨਾਂ ਤੇ ਹਮਲੇ ਕੀਤੇ ਤੇ ਬਹੁਤ ਸਾਰੀਆਂ ਕਿਸਾਨ ਜੱਥੇਬੰਦੀਆਂ ਨੇ ਡਟ ਕੇ ਮਜ਼ਦੂਰਾਂ ਦਾ ਸਾਥ ਦਿੱਤਾ ਉਹ ਦੇ ਨਾਲ ਜਿਹੜਾ ਜਿੱਥੇ ਬੰਦੇ ਕਿਸਾਨ ਆ ਉਹ ਤਾਂ ਸਾਥ ਦਿੰਦਾ ਪਰ ਥੱਲੇ ਸਮਾਜ ਦੇ ਵਿੱਚ ਇੱਕ ਪ੍ਰੋਬਲਮ ਹੈ ਸਮਾਜ ਦੇ ਵਿੱਚ ਹਲੇ ਪਾੜਾ ਹੈਗਾ ਔਰ ਇਹ ਦੂਸਰੀ ਗੱਲ ਨਹੀਂ ਵੀ ਹੈਗੀ ਆ ਕਿ ਮਜ਼ਦੂਰ ਵਰਗ ਨੂੰ ਇਸ ਅੰਦੋਲਨ ਦੇ ਵਿੱਚ ਜਿਹੜਾ ਸ਼ਾਮਲ ਹੋਣ ਤੋਂ ਰੋਕਣ ਦੇ ਵਾਸਤੇ ਕਈ ਗੱਲਾਂ ਨੇ ਜਿਹੜੀਆਂ ਵਿਆਪਕ ਪੱਧਰ ਤੇ ਉਹਦੀ ਸ਼ਮੂਲੀਅਤ ਨੂੰ ਰੋਕਦੀਆਂ ਇੱਕ ਇਹ ਵੀ ਆ ਕਿ ਭਾਜਪਾ ਨੇ ਬਹੁਤ ਸੂਖਮ ਤਰੀਕੇ ਦੇ ਨਾਲ ਇਹ ਮਜ਼ਦੂਰਾਂ ਦੇ ਵਿੱਚ ਪ੍ਰਪਗੈਂਡਾ ਕੀਤਾ ਕਿ ਇਹਨਾਂ ਕਾਨੂੰਨਾਂ ਨਾਲ ਮਜ਼ਦੂਰਾਂ ਨੂੰ ਤਾਂ ਫਾਇਦਾ ਹੋਊਗਾ ਕਿਸਾਨਾਂ ਨੂੰ ਤਾਂ ਨੁਕਸਾਨ ਹੈ ਗਿਆ ਇਥੋਂ ਤੱਕ ਕਿਹਾ ਗਿਆ ਵੋਸਰਗਾਂ thamਾਂ ਤੇ ਕਿ ਜ਼ਮੀਨ ਕਿਸਾਨਾਂ ਤੋਂ ਖੋ ਕੇ ਮਜ਼ਦੂਰਾਂ ਨੂੰ ਦਿੱਤੀ ਜਾਣੀ ਹੈ ਜੀ ਹੂੰ ਔਰ ਦੂਸਰੀ ਗੱਲ ਇਹ ਵੀ ਹੈਗੀ ਆ ਕਿ ਮਜ਼ਦੂਰ ਵਰਗ ਦੀ ਆਪ ਦੀ ਹਲੇ ਜਿਹੜੀ ਚੇਤਨਾ ਦਾ ਪੱਧਰ ਵੀ ਆ ਹੂੰ ਉਹ ਵੀ ਹਲੇ ਇੱਥੇ ਆ ਇਹ ਤਾਂ ਹਲੇ ਜਿਹੜੀ ਚੀਜ਼ ਕਾਨੂੰਨ ਆਲੀ ਵੀ ਕਦੋਂ ਆਊਗੀ ਔਰ ਅਸੀਂ ਇਹ ਦੇਖਦੇ ਆ ਪਿੰਡਾਂ ਦੇ ਵਿੱਚ ਜਾ ਕੇ ਕਿ ਜਦੋਂ ਬਿਜਲੀ ਦੇ ਮੀਟਰ ਉਹਨਾਂ ਦੇ ਪੱਟੇ ਜਾਂਦੀ ਆ ਹੂੰ ਜੇ ਉਹਨਾਂ ਦਾ ਮੀਟਰ ਬਾਹਰੋਂ ਡੱਬੇ ਚੋਂ ਪਾਟਰ ਦਿੱਤਾ ਗਿਆ ਪਰ ਬਿਜਲੀ ਮਲਾਜਮ ਤਾਰ ਜੋੜ ਗਏ ਉਹਨਾਂ ਦੀ ਉਹਨਾਂ ਨੂੰ ਲੱਗਦਾ ਵੀ ਸਾਡੀ ਹਲੇ ਤਾਰ ਲਾਈਟ ਚੱਲਦੀ ਐ ਇਸ ਕਰਕੇ ਸਾਨੂੰ ਹਲੇ ਲੜਨ ਦੀ ਲੋੜ ਨਹੀਂ ਹੈ ਇਸ ਪੱਖੋਂ ਜਣੀ ਉਹ ਸਮੱਸਿਆਵਾਂ ਵੀ ਮਜ਼ਦੂਰਾਂ ਦੇ ਵਿੱਚ ਜਦੋਂ ਅਸੀਂ ਜਾਣਦੇ ਹਾਂ ਜਿੱਥੇ ਉਹਨਾਂ ਦੀ ਆਪ ਦਾ ਜੇ ਮਜ਼ਦੂਰਾਂ ਦਾ ਚੇਤਨਾ ਦਾ ਪੱਦਰ ਨਹੀਂ ਹੈ ਤਾਂ ਇਹ ਉਹ ਇਸ ਕਰਕੇ ਕਿ ਕਿਸਾਨਾਂ ਨੇ ਉੱਚੀ ਜਾਤ ਵਾਲਿਆਂ ਨੇ ਜ਼ਿਮੀਦਾਰਾਂ ਨੇ ਕੋਈ ਬਹੁਤ ਵੱਡੇ ਅੰਦੋਲਨ ਸਿੰਘੂ ਬਾਰਡਰ ਤੇ ਜਾ ਕੇ ਮਜ਼ਦੂਰਾਂ ਦੇ ਵਿੱਚ ਵਿੱਦਿਆ ਦੀ ਪ੍ਰਾਪਤੀ ਲਈ ਐਜੂਕੇਸ਼ਨ ਲਈ ਨਹੀਂ ਲੜੇ ਜੇ ਇਹ ਇਕਤਾ ਸੱਚਮੁੱਚ ਹੋਵੇ ਤਾਂ ਕੀ ਸਿੰਗੂ ਟਿਕਰੀ ਬਾਰਡਰ ਦੇ ਉੱਤੇ ਜਾਤਪਾਤ ਦੇ ਖਾਤਮੇ ਦਾ ਐਨਹਾਈਲੇਸ਼ਨ ਆਫ ਕਾਸਟ ਦਾ ਇੱਕ ਵੱਡਾ ਅੰਦੋਲਨ ਨਾ ਵਿੜਿਆ ਹੁੰਦਾ ਸੋ ਮੈਂ ਇਸ ਕਰਕੇ ਪੁੱਛ ਰਿਹਾ ਜਤਿੰਦਰ ਜੀ ਕਿ ਇਹ ਇਕਾ ਸਟ੍ਰੈਟੇਜੀਕ ਹੈ ਕਿ ਇਕਾਕਰਨ ਦਾ ਕੋਈ ਫੈਸਲਾ ਉਸ ਫਿਲਾਸਫਿਕ ਪੱਧਰ ਦੇ ਉੱਤੇ ਲਿਆ ਗਿਆ ਹੈ ਆਫਟਰ ਆਲ ਸਿੱਖੀਜ਼ਮ ਦੇ ਵਿੱਚ ਸ਼ਮੂਲੀਅਤ ਨੇ ਵੀ ਪੰਜਾਬ ਦੇ ਵਿੱਚੋਂ ਜਾਤਪਾਤ ਦਾ ਇਹ ਸਿਸਟਮ ਜਿਹੜਾ ਖਤਮ ਨਹੀਂ ਕਰ ਸਕੇ ਦੇਖੋ ਜੀ ਲਸ਼ਮਨ ਸਿੰਘ ਸੇਵਾਵਾਲ ਬੈਠੇ ਨੇ ਤੇ ਮੈਂ ਮਲੇਰਾਂ ਦੇ ਲੇਖ ਤੇ ਇਹਨਾਂ ਦੇ ਸਰਵੇ ਪੜ੍ਹੇ ਨੇ ਜੀ ਇਹਨਾਂ ਦਾ ਆਪਣੇ ਸਰਵੇਆਂ ਤੇ ਲੇਖਾਂ ਤੇ ਕੋਈ ਹੋਰ ਟਿੱਪਣੀ ਹੋ ਸਕਦੀ ਹੈ ਪਰ ਇਹਨਾਂ ਦੇ ਲੇਖ ਤੇ ਸਰਵੇ ਪੜ੍ਹ ਕੇ ਤਾਂ ਮੈਨੂੰ ਮੈਨ ਲੱਗਦਾ ਬਹੁਤ ਵੱਡਾ ਪਾੜਾ ਏ ਇਹ ਕਿਸੇ ਇੱਕ ਅੰਦੋਲਨ ਤੋਂ ਪੂਰਿਆ ਨਹੀਂ ਜਾਣਾ ਇਹ ਨਾ ਕਾਨਫਰੰਸਾਂ ਤੋਂ ਪੂਰਿਆ ਜਾਣਾ ਮੈਨੂੰ ਲੱਗਦਾ ਵੀ ਇਹ ਆਪਾਂ ਦੋ ਕਦਮ ਵੀ ਨਹੀਂ ਮਤਲਬ ਇਹਦੀ ਇਹਦੀ ਤਰਫ ਇਹਨੂੰ ਪੂਰਨ ਤਰਫ ਵੱਧ ਰਹੇ ਹੋ ਹਮਾਂ। ਬਿਲਕੁਲ ਬਿਲਕੁਲ। ਇਹਦੇ ਤਿੰਨ ਕਾਰਨ ਜਿਹੜੇ ਮੈਨੂੰ ਬਹੁਤ ਸਪਸ਼ਟ ਲੱਗਦੇ ਨੇ ਉਹ ਇਹ ਨੇ। ਇੱਕ ਤਾਂ ਆਰਥਿਕ ਪਾੜਾ ਬਹੁਤ ਵੱਡਾ ਏ। ਤੁਸੀਂ ਜੇ ਟੋਟਲ ਜਿਹੜੀ ਜ਼ਮੀਨ ਦੀ ਮਾਲਕੀ ਹੈ ਹੂੰ ਉਹਦਾ ਜਿਹੜਾ ਹਿੱਸਾ ਏ ਸਿਰਫ 3% ਹਿੱਸਾ ਏ ਜਿਨ੍ਹਾਂ ਜਿਨ੍ਹਾਂ ਚ ਦਲਿਤਾਂ ਦੀ ਮਾਲਕੀ ਹੈ। ਟੋਟਲ ਜਿਹੜੀ ਦਲਿਤਾਂ ਦੀ ਵਸੋਂ ਹੈ ਪੰਜਾਬ ਦੇ ਵਿੱਚ ਜਿਹੜੀ ਟੋਟਲ ਵਾਹੀਯੋਗ ਜ਼ਮੀਨ ਦੇ ਉੱਪਰ ਜ਼ਮੀਂਦਾ 3% ਦਲਿਤਾ ਕੋਲ ਹੈ ਤੇ ਦਲਿਤਾ ਦਾ ਪੋਪੂਲੇਸ਼ਨ ਦੇ ਵਿੱਚ ਟੋਟਲ ਹਿੱਸਾ ਜਿਹੜਾ 33% ਟੋਟਲ ਹਿੱਸਾ 33% ਹੈਗਾ ਸੋ 33% ਲੋਕਾਂ ਕੋਲ 3% ਜ਼ਮੀਨ ਹੈ ਉਹਦੇ ਉਹਦੇ ਚੋਂ ਜਿਹੜਾ 73% ਆ ਉਹ ਪਿੰਡਾਂ 'ਚ ਰਹਿਣ ਵਾਲੀ ਹੈ ਜਿਹੜੀ ਦਲਿਤ ਪੋਪੂਲੇਸ਼ਨ ਹੈ ਹਮ ਮਨ ਇਸ ਕਰਕੇ ਇੱਕ ਤਾਂ ਜਿਹੜਾ ਇਹ ਆਰਥਿਕ ਪਾੜਾ ਹੈ ਇਹ ਬਹੁਤ ਵੱਡਾ ਹੈ ਹੂੰ ਉਹਦੇ ਚ ਉਹ ਜਿਹੜਾ ਖੇਤ ਮਜ਼ਦੂਰ ਤੇ ਖੇਤ ਤੇ ਕੰਮ ਕਰਨ ਦਾ ਮਸਲਾ ਆਉਂਦਾ ਹੈ ਅਸੀਂ ਖੇਤ ਮਜ਼ਦੂਰ ਨੂੰ ਹਲੇ ਤੱਕ ਬੇਜਮੀਨਾ ਕਿਸਾਨ ਦੇ ਤੌਰ ਤੇ ਕਿੰਨਾ ਕ ਮੰਨਣਾ ਸ਼ੁਰੂ ਕੀਤਾ ਹੈ ਇਹਦਾ ਹਲੇ ਸਾਨੂੰ ਕੋਈ ਹਿਸਾਬ ਨਹੀਂ ਉਹ ਮਜ਼ਦੂਰੀ ਹੁੰਦਾ ਉਹ ਬੇਸਿਕਲੀ ਬੇਜਮੀਨਾ ਕਿਸਾਨ ਨਹੀਂ ਗਿਣਦੇ ਇਸ ਕਰਕੇ ਖੇਤ ਦੇ ਮਾਲਕੀ ਦਾ ਤੇ ਮਜ਼ਦੂਰ ਦਾ ਜਿਹੜਾ ਆਪਸੀ ਰਿਸ਼ਤਾ ਆਰਥਿਕ ਰਿਸ਼ਤਾ ਹੈ ਉਹ ਬੜਾ ਅਨਸੁਖਾਵਾ ਜਿਹਾ ਰਹਿੰਦਾ ਹੈ ਉਹਦੇ ਚ ਟੈਨਸ਼ਨ ਹਮੇਸ਼ਾ ਰਹਿੰਦੀ ਹੈ ਅੰਦੋਲਨ ਦਾ ਮਤਲਬ ਤਾਂ ਜਤਿੰਦਰ ਜੀ ਹੁੰਦਾ ਹੈ ਕਿ ਪੂੰਜੀ ਤੇ ਮਜ਼ਦੂਰੀ ਦੇ ਰਿਸ਼ਤੇ ਦੁਬਾਰ ਗੁਰਬਾਸ਼ੇ ਤੋਂ ਨਹੀਂ ਉਹ ਇੱਕ ਵਾਰੀ ਫਿਰ ਸੋਚੀ ਇਹਦਾ ਨਾਮ ਇਨਕਲਾਬ ਹੁੰਦਾ ਬਿਲਕੁਲ ਉਹ ਉਦੋਂ ਹੀ ਹੋਣਗੇ ਜਦੋਂ ਅਸੀਂ ਕਿਤੇ ਜ਼ਮੀਨ ਦੀ ਵੰਡ ਦੀ ਜਿਹੜੀ ਲੜਾਈ ਹੈ ਸ਼ਾਇਦ ਉਹ ਲੜਦੇ ਹੋਏ ਇਹ ਕਾਲੀ ਸ਼ੁਰੂ ਕਰਦੇ ਨੇ ਸਿੰਘੂ ਬਾਰਡਰ ਤੇ ਤੇ ਕੱਲ ਨੂੰ ਕਿਸਾਨ ਮਜ਼ਦੂਰ ਏਕਾ ਦਾ ਮੈਨਰ ਲੈ ਜਾਏਗਾ ਬਿਲਕੁਲ ਠੀਕ ਗੱਲ ਹੈ ਦੂਜਾ ਜਿਹੜਾ ਮਸਲਾ ਹੈ ਤੇ ਦੋਸ਼ ਲੱਗੇਗਾ ਕਿ ਐਸਪੀ ਸਿੰਘ ਕਿਸਾਨਾਂ ਦੀ ਪਿੱਠੇ ਛੁਰਾ ਮਾਰ ਰਿਹਾ ਅਸੀਂ ਬੈਠ ਕੇ ਦੂਜਾ ਜਿਹੜਾ ਮਸਲਾ ਵੱਡਾ ਹੈ ਉਹ ਮਸਲਾ ਹੈਗਾ ਸਮਾਜਿਕ ਪਾੜੇ ਦਾ ਕਿਉਂਕਿ ਜੇ ਆਪਾਂ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕਰੀਏ ਤਾਂ ਕਹਿੰਦੇ ਵੀ ਕੰਮ ਦੀ ਵੰਡ ਨਹੀਂ ਕਾਮਿਆਂ ਦੀ ਵੰਡ ਵੀ ਹੈ ਇਸ ਕਰਕੇ ਉਹ ਜਾਤੀ ਦਾ ਬਹੁਤ ਵੱਡਾ ਪਾੜਾ ਹੈ ਜਿਹਦੇ ਚੋਂ ਅਸੀਂ ਹਲੇ ਜਿਹੜਾ ਇੱਕ ਵੱਡਾ ਸੈਕਸ਼ਨ ਆ ਪਿੰਡ ਦਾ ਦਲਿਤ ਸੈਕਸ਼ਨ ਹੈ ਉਹਨੂੰ ਅਸੀਂ ਇੱਕ ਬਰਾਬਰ ਦੇ ਮਨੁੱਖ ਦੇ ਤੌਰ ਤੇ ਮੰਨਣਾ ਵੀ ਹਲੇ ਸ਼ੁਰੂ ਕਰਨਾ ਹੈ ਅਸੀਂ ਹਲੇ ਮੰਨਣਾ ਸ਼ੁਰੂ ਨਹੀਂ ਕੀਤਾ ਹੈ ਯੂਨਿਟੀ ਟਾਕ ਦੂਜੀ ਚੀਜ਼ ਜਿਹੜੀ ਇਹਦੇ ਵਿੱਚ ਬਹੁਤ ਇੰਪੋਰਟੈਂਟ ਆ ਉਹ ਹੈ ਵੀ ਕਿਉਂਕਿ ਫਿਰ ਉਹ ਆਰਥਿਕ ਸ਼ੋਸ਼ਣ ਤੱਕ ਹੈ ਹੀ ਹੈ ਸਮਾਜਿਕ ਸ਼ੋਸ਼ਣ ਵੀ ਹੈਗਾ ਏ ਉਹਦੇ ਚੋਂ ਅਸੀਂ ਬਹੁਤ ਵਾਰੀ ਹਲੇ ਵੀ ਜਾਤੀ ਸੂਚਕ ਸ਼ਬਦ ਤੇ ਗਾਲਾਂ ਬਹੁਤ ਆਮ ਵਰਤਦੇ ਆ ਇਹਦੇ ਚ ਕੋਈ ਸਾਨੂੰ ਕੋਈ ਮਤਲਬ ਅਸੀਂ ਵਰਤ ਵੀ ਲੈਨੇ ਆ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਅਸੀਂ ਵਰਤਦੇ ਆਂ ਸਰਕਾਰ ਤੇ ਹਿੱਟ ਕਰ ਰਿਹਾ ਮੋਦੀ ਸਰਕਾਰ ਦੀ ਹਿੱਕ ਤੇ ਮੈਂ ਕਹਿ ਰਿਹਾ ਅੰਦੋਲਨ ਹੈ ਗਿਆ ਅੰਦੋਲਨ ਡਾਇਰੈਕਟਲੀ ਪੂਰੇ ਸਿਸਟਮ ਤੇ ਬਿਗ ਬਿਜ਼ਨਸ ਤੇ ਅਡਾਨੀਆਂ ਅਮਬਾਨੀਆਂ ਤੇ ਹਿੱਟ ਕਰ ਰਿਹਾ ਅੰਦੋਲਨ ਕਾਸਟ ਤੇ ਹਿੱਟ ਨਹੀਂ ਕਰ ਰਿਹਾ ਅੰਦੋਲਨ ਮੰਡਰੇਗਾ ਲਈ ਨਹੀਂ ਬਹੁਤ ਵਿਸ਼ਾਲ ਰੂਪ ਦੇ ਵਿੱਚ ਹੋ ਰਿਹਾ ਅੰਦੋਲਨ ਲੈਂਡ ਰਿਫਾਰਮਸ ਲਈ ਕੋ ਬਹੁਤ ਵੱਡੀ ਗੱਲ ਨਹੀਂ ਕਰ ਰਿਹਾ ਸੋ ਜੀ ਜਿਹੜਾ ਵਾਲੇ ਜੀ ਕਹਿੰਦੇ ਨੇ ਕਿ ਥੱਲੋਂ ਪੀੜਾ ਤਾਕੇ ਨਹੀਂ ਜਾ ਰਹੀਆਂ ਮਜ਼ਦੂਰਾਂ ਦੀਆਂ ਤੇ ਇਸ ਕਰਕੇ ਉਹਨਾਂ ਨੂੰ ਆਪਣੀ ਗੱਲ ਜੇ ਉੱਨੀ ਉੱਚੀ ਆਵਾਜ਼ 'ਚ ਸੁਣਾਈ ਨਹੀਂ ਦੇ ਰਹੀ ਬੈਨਰ ਟੰਗੇ ਇਹਦੇ 'ਚ ਵੀ ਦੋ ਪੱਖ ਨੇ ਓਕੇ ਪਹਿਲਾ ਪੱਖ ਇਹ ਹੈ ਕਿ ਇਹ ਅੰਦੋਲਨ ਇੱਕ ਜਿਹੜੀ ਸਹਿਮਤੀ ਹੈ ਇੱਕ ਸਾਂਝਾ ਪ੍ਰੋਗਰਾਮ ਉਹ ਲਿਮਟਿਡ ਚੀਜ਼ ਤੇ ਹੈ ਇਹ ਅੰਦੋਲਨ ਸਾਰਾ ਕੋਈ ਵੱਡੇ ਵਿਸ਼ਾਲ ਹੁੰਦੇ ਨਹੀਂ ਹੋਗੇ ਅੰਦੋਲਨ ਬਾਰੇ ਗੱਲ ਕਹੀ ਜਾ ਰਹੀ ਇਹ ਤਾਂ ਵਿਸ਼ਾਲ ਹੋ ਰਿਹਾ ਮੈਂ ਤੁਹਾਡੀਆਂ ਲਿਖਤਾ ਪੜਾਂਗੇ ਵਿਸ਼ਾਲ ਅੰਦੋਲਨ ਮਿਸਾਲ ਬਖ ਬਖ ਪੱਖਾਂ ਤੋਂ ਹੋ ਰਿਹਾ ਹੈ ਹੂੰ ਅੰਦੋਲਨ ਮਤਲਬ ਇਹ ਜਿਹੜੀ ਸਹਿਮਤੀ ਆ ਸਾਰਿਆਂ ਦੀ ਸਾਂਝਾ ਅੰਦੋਲਨ ਜਿਹੜਾ ਮੋਦੀ ਸਰਕਾਰ ਖਿਲਾਫ ਹੈ ਉਹ ਤਿੰਨ ਕਾਨੂੰਨਾਂ ਤੇ ਐਮਐਸਪੀ ਦੀ ਗਰੰਟੀ ਦਾ ਕੁਐਸਚਨ ਤੇ ਇਹਦੇ ਤੇ ਉਹ ਬਖਰੇਵੇਂ ਵੀ ਨੇ ਅੰਦੋਲਨ ਚ ਕਿਉਂਕਿ ਇਸੇ ਲਈ ਨਹੀਂ ਆ ਜਥੇਬੰਦੀਆਂ ਨੇ ਇਸੇ ਲਈ ਵਿਚਾਰ ਅਲੱਗ ਅਲੱਗ ਨੇ ਕਿਸਾਨਾਂ ਦੇ ਆਪਣੇ ਵੀ ਬਥੇਰੇ ਬਖਰੇਵੇਂ ਨੇ ਦੂਜੀ ਗੱਲ ਇਹ ਹੈ ਕਿ ਇਹ ਅੰਦੋਲਨ ਨੇ ਕੁਝ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਕੀਤੀਆਂ ਸੀ ਨਾ ਜਿਵੇਂ ਔਰਤ ਨੂੰ ਪਹਿਲੀ ਵਾਰ ਕਿਸਾਨ ਔਰਤ ਪਹਿਲੀ ਵਾਰ ਐਡੇ ਵੱਡੇ ਪੱਧਰ ਤੇ ਅੰਦੋਲਨ ਚ ਸ਼ਾਮਲ ਹੋਈ ਹੈ ਸ਼ੁਰੂਆਤ ਹੋ ਗਈ ਸੀ ਪਹਿਲਾਂ ਵੀ ਪਰ ਐਡੇ ਵਿਆਪਕ ਪੈਮਾਨੇ ਤੇ ਅਜੇ ਲੀਡਰ ਜੋ ਲੀਡਰਸ਼ਿਪ ਵੀ ਹੈ ਜੇ ਫੈਸਲਾ ਕੁਲ ਭੂਮਿਕਾ 'ਚ ਥੋੜੀ ਹੈ ਜਾਂ ਉਹ ਸਾਰੇ ਮਾਮਲੇ 'ਚ ਥੋੜੀ ਹੈ ਜਦੋਂ ਸਮਾਜਿਕ ਗੈਰ ਬਰਾਬਰੀ ਆਉਂਦੀ ਹੈ ਤਾਂ ਇੱਕ ਗੱਲ ਦੀ ਸਵਾਲ ਨਹੀਂ ਹੁੰਦਾ ਉਹ ਮਲਟੀਪਲ ਦਾ ਟੰਗਿਆ ਜਾਂ ਨਾ ਵੀ ਇੱਕ ਅਚੀਵਮੈਂਟ ਹੈ ਹਾਂ ਉਹ ਇੱਕ ਅਚੀਵਮੈਂਟ ਦੀ ਗੱਲ ਹੋਣੀ ਵੀ ਅਚੀਵਮੈਂਟ ਹੈ ਕਿਸਾਨ ਮਜ਼ਦੂਰ ਉਹ ਉਹ ਇੱਕ ਅਚੀਵਮੈਂਟ ਹੈ ਤੇ ਦੂਜੀ ਗੱਲ ਜਿਹੜੀਆਂ ਉਹ ਜਥੇਬੰਦੀਆਂ ਬੈਠ ਕੇ ਗੱਲ ਕਰ ਰਹੀਆਂ ਨੇ ਪਹਿਲਾਂ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਤਬਦੀਲੀ ਆਉਂਦੀ ਹੈ ਕਈ ਵਾਰ ਉਹ ਲੋਡ 'ਚੋਂ ਪ੍ਰੈਸ਼ਰ 'ਚੋਂ ਆਉਂਦੀ ਹੈ ਬਹੁਤੀ ਵਾਰ ਬਹੁਤੀ ਵਾਰ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਸੋਚੋਂ ਐਸੇ ਤਰੀ ਤੇ ਜੇ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇੱਥੇ ਦੇ ਅਨੋਦੀ ਸਰਕਾਰ ਦੇ ਖਿਲਾਫ ਅੰਦੋਲਨ ਜੇ ਸਮੁੱਚੇ ਲੋਕਾਂ ਦਾ ਅੰਦੋਲਨ ਨਹੀਂ ਬਣਦਾ ਤਾਂ ਉਹਨੂੰ ਹਰਾਉਣਾ ਬੜਾ ਮੁਸ਼ਕਲ ਹੈ ਤਾਂ ਫਿਰ ਤੁਸੀਂ 32% ਪਾਪੂਲੇਸ਼ਨ ਨੂੰ ਛੱਡ ਕੇ ਕਿਹੜਾ ਕਿਸ ਤਰੀਕੇ ਦੇ ਨਾਲ ਸਵਾਲ ਉਹ ਕਰਦੇ ਹੋ ਔਰ ਐਸੇ ਕਰਕੇ ਜਿਹੜੀ ਇੱਕ ਇਕੱਠ ਹੈ ਪਿੰਡਾਂ ਦੇ ਵਿੱਚ ਉਸ ਅੰਦੋਲਨ ਦੀ ਪ੍ਰਾਪਤੀ ਇੰਨੀ ਸੀ ਕਿ ਇੱਕ ਧੜੇਬੰਦੀ ਜਿਹੜੀ ਪੋਲਿਟੀਕਲ ਧੜੇਬੰਦੀ ਹੈ ਪਹਿਲਾਂ ਕਹਿੰਦਾ ਮੈਂ ਕਾਂਗਰਸੀ ਆ ਮੈਂ ਅਕਾਲੀਆਂ ਫਲਾਣਾ ਉਹ ਘਟੀ ਆ ਉਹ ਘਟੀ ਆ ਉਹ ਅੰਦੋਲਨ ਨਾਲ ਜੁੜੇ ਨੇ ਪਰ ਉਹਦੇ ਚੋਂ ਬਹੁਤੇ ਕਿਸਾਨੀ ਹੈ ਹਜੇ ਰੌਲਾ ਇਹ ਹੈ ਕਿ ਮਜ਼ਦੂਰਾਂ ਦੇ ਬੇੜਿਆਂ ਤੱਕ ਉੱਪਰਲੇ ਲੀਡਰ ਜੇ ਕਹਿੰਦੇ ਵੀ ਹਜੇ ਹਜੇ ਪਿੰਡ ਦੇ ਵਿੱਚ ਉਹਨਾਂ ਨੇ ਸੋਚ ਕੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਕਿ ਕਈ بڑے ਲੀਡਰਾਂ ਨੇ ਕਿਹਾ ਕਿ ਆਪਾਂ ਕਰਨੀਆਂ ਨੇ ਮਜ਼ਦੂਰਾਂ ਦੇ ਨਾਲ ਗੱਲ ਕਰਨੀ ਹੈ ਪਰ ਅਜੇ ਹੇਠਲੇ ਵਰਕਰ ਦਾ ਵੀ ਮਾਈਂਡ ਸੈਟ ਉਹਨਾਂ ਨੂੰ ਚੇਂਜ ਕਰਨ ਦੇ ਲਈ ਕਾਫੀ ਮੁਸ਼ਕਲ ਵੀ ਲੋੜ ਹੈ ਅੰਦਰ ਏਜੰਡਾ ਲਾਉਣ ਦੀ ਲੋੜ ਹੈ ਟਾਕ ਅਬਾਊਟ ਦਿਸ ਕਿ ਇਹ ਹੇਟ ਦੇ ਪੱਤਰ ਦਾ ਮਾਈਂਡਸੈਟ ਕਿਵੇਂ ਚੇਂਜ ਹੋ ਸਕਦਾ ਹੈ ਇਹ ਪਿੰਡ ਦੇ ਵਿੱਚ ਰਹਿੰਦੇ ਤਾਂ ਇਕੱਠੇ ਨੇ ਵੇੜੇ ਤੇ ਜ਼ਿਮੀਦਾਰ ਜਿਹੜੇ ਨੇ ਪਰ ਇਕੱਠੇ ਰਹਿੰਦੇ ਨੇ ਵੀ ਟਾਕ ਅਬਾਊਟ ਦਿਸ ਆਫਟਰ ਦਾ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਚਰਚਾ ਕਰ ਰਹੇ ਹਾਂ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਦੇ ਨਾਅਰਿਆਂ ਦੇ ਵਿੱਚ ਮਜ਼ਦੂਰ ਕਿਨਾਂ ਕੋ ਹੈ ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਹਮੀਰ ਸਿੰਘ ਜੀ ਸੀਨੀਅਰ ਪੱਤਰਕਾਰ ਲక్ష్ਮੀਨ ਸਿੰਘ ਸੇਵੇਵਾਲਾ ਜੀ ਮਜ਼ਦੂਰਾਂ ਦੀ ਨੁਮਾਇਦਗੀ ਕਰ ਰਹੇ ਨੇ ਅਤੇ ਜਤਿੰਦਰ ਸਿੰਘ ਜੀ ਪੋਲੀਟੀਕਲ ਸਾਇੰਟਿਸਟ ਇਹਨਾਂ ਸਾਰੇ ਵਰਤਾਰਿਆਂ ਦੀਆਂ ਤਿਆਨੂ ਪਰਦੇ ਨੇ ਲక్ష్ਮੀਨ ਸਿੰਘ ਸੇਵੇਵਾਲਾ ਜੀ ਮੈਂ ਕਾਰਵਾ ਵਿੱਚ ਇੱਕ ਲੇਖ ਪੜ੍ਹ ਰਿਹਾ ਸੀਗਾ ਸੀਨੀਅਰ ਪੱਤਰਕਾਰ ਨੇ ਪ੍ਰਭਜੀਤ ਸਿੰਘ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕਰਦੇ ਕਿਤੇ ਆ ਤੇ ਤੁਸੀਂ ਕਿਹਾ ਕਿ ਦੇਖੋ ਰੈਲੀ ਤਾਂ ਹੋਈ ਹੈ ਤੇ ਅਸੀਂ ਜਾਣਾ ਵੀ ਸੀ ਪਰ ਇਹਨੇ ਸਾਧਨ ਨਹੀਂ ਸਨ ਅਸੀਂ ਅਫੋਰਡ ਨਹੀਂ ਸੀ ਕਰ ਸਕਦੇ ਤਾਂ ਕਰਕੇ ਅਸੀਂ ਬਰਨਾਲੇ ਨਹੀਂ ਪਹੁੰਚੇ ਫਰਵਰੀਵਰੀ ਰੈਲੀ ਸੀ ਮੇਰ ਖੜੀ ਕੀ ਹੈ ਬਾਈ ਫਰਵਰੀ ਨੋ ਰੈਲੀ ਸੀ ਤੇ ਇਹ ਕੀ ਹੁਣ ਮਜ਼ਦੂਰ ਵਰਗ ਇੰਤਜ਼ਾਰ ਕਰ ਰਿਹਾ ਹੈ ਕਿ ਜ਼ਿਮੀਦਾਰ ਉਹਨੂੰ ਕਿਤੇ ਲੈ ਜਾਣਗੇ ਕੀ ਮਜ਼ਦੂਰ ਵਰਗ ਇੰਤਜ਼ਾਰ ਕਰ ਰਿਹਾ ਹੈ ਕਿ ਜ਼ਿਮੀਦਾਰ ਉਹਦੀ ਲੜਾਈ ਲੜਨਗੇ ਕਿ ਕੇਵਲ ਸਾਧਨ ਸਾਧਨ ਹੀ ਇੱਕ ਈਸ਼ੂ ਹੈ ਕਿ ਜਿਹੜੀ ਕਿਸਾਨ ਵਰਗ ਦੀ ਜਿਹੜੀ ਪਹੁੰਚ ਹੈ ਜਿਹਦੇ ਵਿੱਚ ਕਾਸਟ ਦਾ ਵੀ ਸਵਾਲ ਹੈ ਜਿਹਦੇ ਵਿੱਚ ਰਿਸੋਰਸਸ ਦਾ ਸਵਾਲ ਹੈ ਜ਼ਮੀਨੇ ਬੇਜ਼ਮੀਨੇ ਹੋਣ ਦੇ ਸਵਾਲ ਨੇ ਤੇ ਜਿਹਦੇ ਵਿੱਚ ਦਰਖੀਮ ਨੇ ਸਾਨੂੰ ਸਭ ਤੋਂ ਜ਼ਿਆਦਾ ਸਮਝਾਇਆ ਇਹ ਜਤਿੰਦਰ ਜੀ ਤਾਂ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਮੇਰਾ ਖਿਆਲ ਸੋਸ਼ਲ ਸੋਸ਼ੀਓਲੋਜੀ ਦਾ ਡਿਸਪਲਨ ਹੀ ਦਰਖੀਮ ਨੇ ਕੀਤਾ ਪੈਦਾ ਤੇ ਮੈਕਸ ਵੈਬਰ ਨਾਲ ਜਿਹੜਾ ਲਾ ਲਈਏ ਤਾਂ ਸਾਰੀਆਂ ਸੋਸ਼ਲ ਸਾਇੰਸਿਸ ਉਹਨੇ ਬਣਾਈਆਂ ਨੇ ਤੇ ਉਹ ਕਹਿੰਦਾ ਕਿ ਬੰਦਾ ਖੁਦਕੁਸ਼ੀ ਉਦੋਂ ਕਰਦਾ ਜਦੋਂ ਸਮਾਜਿਕ ਹਾਲਾਤ ਖੁਦਕੁਸ਼ੀ ਵਾਲੇ ਹੁੰਦੇ ਨੇ ਹੋਰ ਕਾਰਨਾ ਕਰਕੇ ਨਹੀਂ ਖੁਦਕੁਸ਼ੀ ਕਰਦਾ ਤੇ ਇਹ ਸਮਾਜਿਕ ਹਾਲਾਤ ਉਹ ਨੇ ਤੇ ਇਸ ਕਰਕੇ ਤੁਹਾਡੀ ਜ਼ਮੀਦਾਰਾਂ ਦੇ ਉੱਤੇ ਡਿਪੈਂਡੈਂਸ ਤੋਂ ਬਿਨਾਂ ਵੀ ਕੋਈ ਮਜ਼ਦੂਰ ਆਪਣਾ এজেন্ডਾ ਰੱਖ ਸਕਣਗੇ ਸਿੰਘੂ ਬਾਰਡਰ ਦੇ ਉੱਤੇ ਤੇ ਪਿੰਡ ਦੇ ਵਿੱਚ ਜਿਸ ਲੈਵਲ ਦਾ ਮਜ਼ਦੂਰਾਂ ਦੇ ਹਾਲਾਤ ਆ ਜਿਵੇਂ ਕਿਸਾਨ ਰੈਗੂਲਰਲੀ ਬੈਠ ਸਕਦੇ ਆ ਹਮ ਉਹਨਾਂ ਦੇ ਕੋਲੇ ਘੱਟੋ ਘੱਟ ਕਣਕ ਜ਼ਰੂਰ ਹੋएगी ਆਪਦੇ ਘਰ ਦੇ ਵਿੱਚ ਹਮ ਉਹਨਾਂ ਨੂੰ ਕਿਤੋਂ ਆਧਾਰ ਵੀ ਮਿਲ ਜਾਂਦਾ ਜੇ ਉਹਨਾਂ ਨੇ ਕੁਸ ਕਬਦਾ ਚੁੱਲਾ ਚਲਾਉਣਾ ਹੈ ਹਮ ਮਜ਼ਦੂਰ ਦੀ ਹਾਲਤ ਹੈ ਜੇ ਉਹ ਸਵੇਰੇ ਦਿਹਾੜੀ ਨਹੀਂ ਜਾਂਦਾ ਸ਼ਾਮ ਨੂੰ ਉਹਦਾ ਚੁੱਲ੍ਹਾ ਨਹੀਂ ਤਪਦਾਗਾ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਦਾ ਹੈ ਕਿ ਬਹੁਤ ਵੱਡਾ ਆਰਥਿਕ ਪਾੜਾ ਫਿਰ ਆਪਾਂ ਥੋੜਾ ਪਿਛੇ ਚਲੇ ਜਾਨੇ ਆ ਵੀ ਗੱਲ ਇਹ ਹੈ ਕਿ ਬ੍ਰਿਟਿਸ਼ ਸਮਿਆਂ ਦੇ ਵਿੱਚ ਪ੍ਰੀ ਬ੍ਰਿਟਿਸ਼ ਦੇ ਵਿੱਚ ਕੋਈ ਵੱਡਾ ਅੰਦੋਲਨ ਇਹਦਾ ਨਹੀਂ ਹੋਇਆ ਕਿ ਲੈਂਡ ਰਿਫਾਰਮਸ ਦਾ ਤੇ ਪੋਸਟ ਇੰਡੀਪੈਂਡੈਂਸ ਕੋਈ ਵੱਡਾ ਅੰਦੋਲਨ ਇਹਦਾ ਨਹੀਂ ਹੋਇਆ ਕਿ ਮਜ਼ਦੂਰਾਂ ਨੂੰ ਮਿਲੇ ਤੇ ਅੱਜ ਸਿੰਘੂ ਟਿਕਰੀ ਵੱੜਦੇ ਉਤੇ ਅੰਦੋਲਨ ਚੱਲ ਰਿਹਾ ਜਿਹਦੇ ਵਿੱਚ ਇਹ ਅੰਦੋਲਨ ਨਹੀਂ ਹੈ ਕਿ ਲੈਂਡ ਰਿਫਾਰਮਸ ਉਹਨਾਂ ਵੀ ਜ਼ਮੀਨੀਆਂ ਨੂੰ ਜ਼ਮੀਨਾ ਕਿਵੇਂ ਮਿਲਣੀਆਂ ਨੇ ਅणि ਉਹ ਉਹ ਦੇਖੋ ਜਦੋਂ ਮੂਵਮੈਂਟ ਤੁਸੀਂ ਇਹਦੀ ਗੱਲ ਕਰੋਗੇ ਇਕਤਾ ਦੇ ਬੈਨਰ ਤੇ ਖਤਰਾ ਆ ਜਾਏਗਾ ਦੇਖੋ ਇਹਦੇ ਚ ਇਹ ਗੱਲਾਂ ਜਿਸ ਤਰੀਕੇ ਦੇ ਨਾਲ ਇਹ ਅੰਦੋਲਨ ਚੱਲ ਰਿਹਾ ਇਸ ਅੰਦੋਲਨ ਨੂੰ ਕੁੱਲ ਖੇਤੀ ਸੰਕਟ ਦੇ ਨਿਵਾਰਨ ਦਾ ਅੰਦੋਲਨ ਨਹੀਂ ਸਮਝਣਾ ਚਾਹੀਦਾ ਇਹ ਅੰਦੋਲਨ ਤਾਂ ਇੱਕ ਤਰ੍ਹਾਂ ਦੇ ਨਾਲ ਜਿਹੜੇ ਕਾਲੇ ਕਾਨੂੰਨ ਆਏ ਹੋਏ ਆ ਇਹਨਾਂ ਨੇ ਵੱਡਾ ਪੱਧਰ ਦੇ ਉੱਤੇ ਲੋਕਾਂ ਨੂੰ ਹਟ ਕੀਤਾ ਇਸ ਕਰਕੇ ਇਸ ਪੱਧਰ ਤੇ ਪਹੁੰਚਿਆ ਕੀ ਹੈ ਜੇ ਆ ਹੋਵੇ ਕਿ ਪਿੰਡ ਦੇ ਵਿੱਚ ਇੱਕ ਆ ਹੌਲੀ ਹੌਲੀ ਜਿਸ ਤਰੀਕੇ ਦੇ ਨਾਲ ਜਦੋਂ ਕੋਈ ਲੜਦੇ ਆ ਉਹਦੇ ਚੋਂ ਹੀ ਲੋੜਾ ਜਿਵੇਂ ਕਹਿੰਦੇ ਲੋੜੀ ਕੱਢਦੀ ਮੈਂ ਨਹੀਂ ਉਹ ਵੀਰ ਜੀ ਕਹਿ ਰਹੇ ਨੇ ਕਿ ਪ੍ਰੈਸ਼ਰ ਜਿਹੜਾ ਹੈ ਪ੍ਰੈਸ਼ਰ ਬਿਲਡ ਕਰੇਗਾ ਉਹਦੇ ਚੋਂ ਮਤਲਬ ਜਿਹੜਾ ਕਿਸਾਨ ਤੇ ਮਜ਼ਦੂਰ ਨੂੰ ਇੱਕ ਦੂਜੇ ਦੇ ਸਹਿਯੋਗ ਦੀ ਜਿੰਨੀ ਜਿੰਨੀ ਲੋੜ ਮਹਿਸੂਸ ਹੋਊਗੀ ਉਨਾ ਹੀ ਉਹ ਨੇੜੇ ਆਉਂਦੇ ਜਾਣਗੇ ਔਰ ਜਿਸ ਤਰੀਕੇ ਦੇ ਨਾਲ ਇਸ ਅੰਦੋਲਨ ਦੇ ਵਿੱਚ ਹਮ ਇਹਨਾਂ ਕਾਨੂੰਨਾਂ ਦੇ ਜੇ ਸੀ ਅਸਰਾਂ ਦੀ ਗੱਲ ਕਰ ਗਏ ਹਮ ਕਿ ਇਹਨਾਂ ਕਾਨੂੰਨਾਂ ਦੇ ਮਜ਼ਦੂਰਾਂ ਤੇ ਅਸਰ ਕੀ ਪੈਣਗੇ ਉਹਦੇ ਬਾਰੇ ਸਾਰੀ ਕਨਵਿੰਸ ਨੇ ਕਿ ਮਜ਼ਦੂਰ ਨਹੀਂ ਹਲੇ ਨਹੀਂ ਜੀ ਮਜ਼ਦੂਰਾਂ ਨੂੰ ਹਲੇ ਤਾਂ ਆਪ ਨੂੰ ਵੀ ਇਹ ਬਹੁਤਾ ਨਹੀਂ ਪਤਾ ਜੀ ਕਿ ਸਾਡੇ ਤੇ ਕੀ ਅਸਰ ਪੈਣਗੇ ਹਮ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੇ ਸਮਾਜ ਕਵੰਡਾ ਜਾਤ ਪਾਤੀ ਵੰਡਾ ਉਹਦੇ ਵਿੱਚ ਤਾਂ ਬਹੁਤੇ ਵਾਰੀ ਇਹ ਵੀ ਗੱਲ ਆਉਂਦੀ ਹੈ ਵੀ ਜਿਹੜੀ ਇਹ ਇੱਕ ਸ਼ਰੀਕੇ ਦੀ ਭਾਵਨਾ ਜਿਹੜੀ ਸਾਡੇ ਜਾਤ ਪਾਤ ਪ੍ਰਥਾ ਤਹਿਤ ਪਈ ਆ ਪਹਿਲਾਂ ਹੀ ਤੇ ਹਰ ਰੋਜ਼ ਚੱਲਦੇ ਆ ਮਜ਼ਦੂਰ ਉਥੋਂ ਇੱਕ ਵਾਰੀ ਨਹੀਂ ਚੱਲਦੇ ਉਹ ਉਹ ਰੋਜ਼ ਚੱਲਦੇ ਆ ਬਿਲਕੁਲ ਤੇ ਉਹਦੇ ਕਰਕੇ ਇੱਕ ਹਿੱਸੇ ਨੂੰ ਤੇ ਇਹ ਵੀ ਲੱਗਦਾ ਹੈ ਵੀ ਸਾਡੂ ਮਜ਼ਦੂਰਾਂ ਨੂੰ ਇਹ ਜ਼ਮੀਨ ਕਰਕੇ ਹੀ ਰੋਬ ਮਾਰਦੇ ਆ ਨਾ ਜੇ ਇਹਨਾਂ ਦੀ ਜ਼ਮੀਨ ਚਲੀ ਜਾਊਗੀ ਜਿਹੜਾ ਉਹ ਕਹਿੰਦੇ ਹੁੰਦੇ ਆ ਵੀ ਮੇਰੀ ਭਾਵੇਂ ਇੱਕ ਅੱਖ ਫੁੱਟੀ ਜਾਵੇ ਗਵੰਡੀ ਦੀਆਂ ਦੋਵੇਂ ਫੁੱਟੜੀਆਂ ਚਾਹੀਦੀਆਂ ਹੂੰ ਕੇਸ ਇਹ ਭਾਵਨਾ ਪਈ ਆ ਤੇ ਇਸ ਭਾਵਨਾ ਨੂੰ ਜਿਹੜੀ ਭਾਪੀ ਆ ਇਹ ਵਰਤ ਵੀ ਰਹੀ ਆ ਬਹੁਤ ਤਰੀਕੇ ਦੇ ਨਾਲ ਉਹ ਵਰਤ ਰਹੀ ਉਹ ਜਿੱਤੇ ਦਿਨ ਜਿਹਦਾ ਖਾਲੇ ਸੀਗਾ ਜਾਂ ਤੇ ਅੰਦੋਲਨ ਹੋਵੇ ਪੀਡੀਐਸ ਲਈ ਕਿ ਜਿਹੜੀ ਡਿਸਟ੍ਰਿਬਿਊਸ਼ਨ ਸਕੀਮ ਹੈ ਰਾਸ਼ਨ ਦੀ ਉਹਦਾ ਆ ਦਾਣੇ ਜਿਹੜੇ ਆ ਉਹ ਗਰੀਬਾਂ ਦੇ ਘਰ ਤੱਕ ਕਿਉਂ ਨਹੀਂ ਪਹੁੰਚ ਰਹੇ ਜੇ ਐਜੂਕੇਸ਼ਨ ਆ ਤਾਂ ਕਿਉਂ ਨਹੀਂ ਪਹੁੰਚ ਰਹੀ ਸਰਕਾਰੀ ਸਕੂਲ ਜਿੱਥੇ ਗਰੀਬਾਂ ਦੇ ਬੱਚੇ ਪੜ੍ਹ ਰਹੇ ਨੇ ਮਜ਼ਦੂਰਾਂ ਦੇ ਬੱਚੇ ਪੜ੍ਹਦੇ ਨੇ ਉਹਦੇ ਲਈ ਲੜਾਈ ਕਿਸਾਨ ਆਰਗੇਨਾਈਜੇਸ਼ਨਾਂ ਕਿੰਨੀ ਕੁ ਲੜ ਰਹੀਆਂ ਨੇ ਕਾਸਟ ਲਈ ਲੜਾਈ ਕਿੰਨੀ ਕੁ ਲੜ ਰਹੀਆਂ ਨੇ ਉਹ ਮੰਡਰੇਗਾ ਦੀ ਆ ਦਿਹਾੜੀਆਂ ਸਭ ਨੂੰ ਮਿਲ ਜਾਣ ਇਹਦੇ ਲਈ ਕਿਸਾਨ ਆਰਗੇਨਾਈਜੇਸ਼ਨਰ ਨੇ ਪਿੰਡਾਂ ਦੇ ਮੋਤਬਰ ਸਰਪੰਚਾਂ ਨੇ ਕਿੰਨੇ ਕੁ ਅੰਦੋਲਨ ਵਧ ਦਿੱਤੇ ਨੇ ਜੇ ਇਹ ਸਾਰਾ ਕੁਝ ਉਹਨਾਂ ਨੂੰ ਨਜ਼ਰ ਆ ਰਿਹਾ ਹੁੰਦਾ ਤਾਂ ਫਿਰ ਉਹਨਾਂ ਨੂੰ ਵਿਸ਼ਵਾਸ ਹੁੰਦਾ ਨਹੀਂ ਤਾਂ ਉਹਨਾਂ ਨੂੰ ਸ਼ੱਕ ਹੋਏ ਤੇ ਸਾਡੇ ਤੇ ਕੁਝ ਰੋਪ ਘਟੇਗਾ ਸੋ ਪਿੰਡ ਦਾ ਏਕਾ ਕਿਵੇਂ ਇੰਪੋਰਟ ਹੋਣਾ ਹੈ ਜਿਹੜੀ ਸਿੰਘੂ ਬਾਰਡਰ ਤੇ ਏਕਤਾ ਸਾਂਝੀ ਕਿਸਾਨਾਂ ਮਜ਼ਦੂਰਾਂ ਦੀ ਉਹਨੇ ਇੰਪੋਰਟ ਹੋਣਾ ਹੈ ਪਿੰਡ ਦੇ ਵਿੱਚ ਆਣਾ ਹੈ ਕਿ ਪਿੰਡ ਜਿਹੜਾ ਉਹ ਉਸੇ ਵੰਡ ਦੇ ਆਧਾਰ ਤੇ ਜੀਵਾ ਜਾਏਗਾ ਤੇ ਸਿੰਘੂ ਬਾਰਡਰ ਤੇ ਇਕੱਠੇ ਲੰਗਰ ਦੀ ਸੇਵਾ ਹੋ ਰਹੀ ਹੋएगी ਇਹ ਦਰਸਲ ਪੋਸੀਬਲ ਹੋਣਾ ਨਹੀਂ ਜੀ ਦਰਸਲ ਨਾ ਕਿਸੇ ਇੱਕ ਪਿੰਡ ਦਾ ਨਾਂ ਇੱਕ ਹੋ ਸਕਦਾ ਬਸ ਪਰ ਉਸ ਪਿੰਡ ਚ ਰਹਿਣ ਵਾਲੇ ਜਿਹੜੇ ਤਪਕੇ ਨੇ ਉਹ ਆਪਣੀ ਆਪਣੀ ਜ਼ਿੰਦਗੀ ਜਿਉਂਦੇ ਨੇ ਜਿਹਦੇ ਨਾਲ ਕੋਈ ਸਾਂਝ ਵਾਲਾ ਮਸਲਾ ਕਿਸੇ ਦਾ ਬਣਦਾ ਨਹੀਂ ਬਹੁਤ ਵਾਰੀ ਦਾ ਵਿਰੋਧ ਦਾ ਮਸਲਾ ਹੀ ਬਣਦਾ ਖਾਸ ਕਰਕੇ ਜੇ ਆਪਾਂ ਖੇਤ ਮਜ਼ਦੂਰਾਂ ਦਾ ਤੇ ਖੇਤ ਦੀ ਮਾਲਕੀ ਦੇ ਮਸਲੇ ਦੀ ਗੱਲ ਕਰੀਏ ਹੂੰ ਅ ਇਹ ਇਹਦੇ ਤੇ ਜੇ ਇਹਦੇ ਤੇ ਜੇ 4-5 ਮਹੀਨੇ ਚ ਲਗਾਤਾਰ ਗੱਲ ਹੁੰਦੀ ਤੇ ਤੇ ਅਸੀਂ ਕਿਤੇ ਕਿਸੇ ਇੱਕ ਪਾਸੇ ਨੂੰ ਜਾਣ ਦੀ ਕੋਸ਼ਿਸ਼ ਕਰ ਸਕਦੇ ਸੀ ਪਰ ਮਤਲਬ ਕਿਉਂਕਿ ਇਹ ਜਿਹੜਾ ਇਹ ਜਿਹੜਾ ਅੰਦੋਲਨ ਹੈ ਜੀ ਇਹਦੀ ਜਿਹੜੀ ਮੁੱਢਲੀ ਜੇ ਆਪਾਂ ਉਹਨੂੰ ਐ ਕਹੀਏ ਬੇਸਿਕ ਜਿਹੜੀ ਗੱਲ ਹੈ ਉਹ ਦਰਅਸਲ ਖੇਤ ਦੀ ਮਾਲਕੀ ਨੂੰ ਬਚਾਉਣ ਦਾ ਮਸਲਾ ਹੈ ਜਿਹੜਾ ਕਿ ਠੀਕ ਹੈ ਲੜਨਾ ਚਾਹੀਦਾ ਜ਼ਰੂਰੀ ਹੈ ਹੂੰ ਹੁਣ ਕਿਉਂਕਿ ਅ ਕੇਂਦਰ ਸਰਕਾਰ ਨੇ ਉਹ ਕਾਨੂੰਨ ਲਿਆਂਦੇ ਨੇ ਜਿਹਦੇ ਨਾਲ ਇੱਕ ਖੇਤ ਦੀ ਮਾਲਕੀ ਤੇ ਇੱਕ ਡਰ ਬੈਠਿਆ ਏ ਉਹ ਲੜਾਈ ਆ ਉਹ ਆਪਣੀ ਜਗ੍ਹਾ ਏ ਪਰ ਜਿਹੜੇ ਖੇਤ ਮਜ਼ਦੂਰ ਨੇ ਜਦੋਂ ਉਹਨਾਂ ਦਾ ਮਸਲਾ ਆਉਣਾ ਤੇ ਉਹਨਾਂ ਦਾ ਰਿਸ਼ਤਿਆਂ ਦਾ ਖੇਤ ਦੇ ਮਾਲਕੀ ਨਾਲ ਕਿ ਜਦੋਂ ਉਹ ਜਿਹੜੀ 33% ਦੀ ਪੰਚਾਇਤੀ ਜ਼ਮੀਨ ਦੀ ਜਿਹੜੋਂ ਵਾਹੀ ਦੀ ਜਾਂ ਠੇਕੇ ਤੇ ਲੈਣ ਦੀ ਗੱਲ ਕਰਦੇ ਨੇ ਮੇਰੀ ਦਿਲ ਤਾਂ ਮਿਲਣੀ ਚਾਹੀਦੀ ਆ ਤੇ ਨਹੀਂ ਮਿਲਦੀ ਜਾਂ ਆਪਣੀ ਮਜ਼ਦੂਰੀ ਦੀ ਗੱਲ ਕਰਦੇ ਨੇ ਫੇਰ ਉੱਥੇ ਉਹ ਸਵਾਲ ਉਹ ਮਜ਼ਦੂਰੀ ਦੀ ਗੱਲ ਕਿਸਾਨ ਅੰਦੋਲਨ ਕਿਉਂ ਨਹੀਂ ਉਥੇ ਰੱਖ ਦਿੰਦਾ ਸਿੰਘੂ ਬਾਰਡਰ ਦੇ ਉੱਤੇ ਕਿਸਾਨ ਅੰਦੋਲਨ ਕਿਉਂ ਨਹੀਂ ਕਹਿੰਦਾ ਜਿਵੇਂ ਇੰਡਸਟਰੀਅਲ ਮਿਨਿਮਮ ਵੇਜੇਜ਼ ਲੇਬਰ ਐਕਟ ਹੈ ਐਗਰੀਕਲਚਰ ਦੇ ਵਿੱਚ ਅਸੀਂ ਮਿਨਿਮਮ ਵੇਜੇਜ਼ ਦੀ ਗਾਰੰਟੀ ਦੇਾਂਗੇ ਪਿੰਡ ਦੇ ਵਿੱਚ ਇਹੋ ਜੀ ਪੰਚਾਇਤ ਦਾ ਇਹੋ ਜੇ ਪਿੰਡ ਦਾ ਅਸੀਂ ਉੱਥੇ ਐਕਸ਼ਨ ਲਵਾਂਗੇ ਜੇ ਕਿਤੇ ਮਜ਼ਦੂਰਾਂ ਨੂੰ ਮਿਨਿਮਮ ਵੇਜੇਜ਼ ਨਹੀਂ ਮਿਲਦੇ ਜੇ ਕੋਈ ਉਹਨਾਂ ਨੂੰ ਪੱਠੇ ਕੱਟਣ ਤੋਂ ਰੋਕਦਾ ਹੈ ਜੇ ਕਿਸੇ ਪਿੰਡ ਦੇ ਵਿੱਚ 1/3 ਦੀ ਬੋਲੀ ਦਲਿਤਾਂ ਦੇ ਹੱਕ ਵਿੱਚ ਨਹੀਂ ਹੁੰਦੀ ਸਿੰਘੂ ਬਾਰਡਰ ਤੇ ਇਹ ਗੱਲ ਕਿਉਂ ਨਹੀਂ ਹੋ ਰ ਅਮਤਲਬ ਜਰੂ ਮਾਲਕ ਹੁੰਦਾ ਹੈ ਤੇ ਮਾਲਕ ਦੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਵੀ ਉਹ ਦੀ ਜੇਬ ਚੋਂ ਜਿੰਨਾ ਵੀ ਘੱਟ ਖਰਚ ਹੋਵੇ ਉਨਾ ਹੀ ਫਾਇਦਾ ਏ ਹੁਣ ਉਹ ਨਾ ਫੌਜ ਵੀ ਤਾਂ ਚਾਹੀਦੀ ਨਾ ਮਜ਼ਦੂਰਾਂ ਦੀ ਮੈਨੂੰ ਲੱਗਦਾ ਹੋ ਸਕਦਾ ਚਾਹੀਦੀ ਹੋਵੇ ਪਰ ਉਹ ਆਪਣੇ ਖਰਚ ਦੇ ਉਹਦੇ ਤੇ ਨਹੀਂ ਕਰ ਸਕਦਾ ਉਹਦੇ ਤੋਂ ਬਿਨਾ ਚਲਾ ਸਕਦਾ ਉਹ ਮਤਲਬ ਜਿਵੇਂ ਜੇ ਉਹ ਬਾਕੀ ਕਿਸੇ ਵੀ ਚੀਜ਼ ਤੇ ਆਪਣਾ ਖਰਚਾ ਨਹੀਂ ਕਟਾ ਸਕਦਾ ਇੱਕੋ ਹੀ ਚੀਜ਼ ਹੈ ਜਿਹਦੇ ਨਾਲ ਉਹ ਤੋਲ ਮੇਲ ਕਰ ਸਕਦਾ ਉਹ ਹੈਗਾ ਜਿਹੜੀ ਮਜ਼ਦੂਰਾਂ ਦੀ ਮਜ਼ਦੂਰੀ ਹੈ ਉਹਨੂੰ ਉਹ ਕੱਟ ਦਵੇ ਉਹਨੂੰ ਉਹ ਸਸਤੇ ਤੇ ਕਰਾਵੇ this basically is becoming ke historically ਦੋਨੋਂ ਤੇ ਰਾਏ ਇੱਕ ਦੂਜੇ ਦੇ ਆਪੋਜ਼ਿਟ ਨੇ ਤਾਂ ਫਿਰ ਇਕਤਾ ਨੂੰ ਆਪਰੇਸ਼ਨਲਾਈਜ਼ ਕਿਵੇਂ ਕਰਨਾ ਫਿਰ ਇਹਨੇ ਸਰਵਾਈਵ ਕਿਵੇਂ ਕਰਨਾ ਇਕਤਾ ਨੇ ਫਿਰ ਇਹਨੇ ਟ੍ਰਾਂਸਲੇਟ ਕਿਸ ਵਿੱਚ ਹੋਣਾ ਹੈ ਕੀ ਮਜ਼ਦੂਰਾਂ ਦੇ ਬਿਹਤਰ ਹਾਲਾਤ ਕੀ ਸਮਾਜ ਦੇ ਵਿੱਚ ਉਹਨਾਂ ਦੀ ਪ੍ਰਤਿਸ਼ਠਾ ਦਾ ਵਧਣਾ ਪਿੰਡ ਦੇ ਵਿੱਚ ਲੋਕਾਂ ਦਾ ਮੇਲਜੋਲ ਵਧਣਾ ਸੁਪਨਾ ਤਾਂ ਇਹ ਹੁੰਦਾ ਹੈ ਕਿ ਤੁਹਾਡੀ ਅਖਬਾਰ ਦੇ ਜਾਂ ਕਿਸੇ ਅਖਬਾਰ ਦੇ ਸਾਹਮਣੇ ਧਰਨਾ ਵੀ ਮੈਦਾਨ ਜਾਵਾ ਕਿ ਜੀ ਇੱਥੇ ਜਾਤੀ ਵਾਈਜ਼ ਇਸ਼ਤਿਹਾਰ ਕਿਉਂ ਛਪਦੇ ਨੇ ਸਾਰੀਆਂ ਅਖਬਾਰਾਂ ਦੇ ਵਿੱਚ ਹਿੰਦੁਸਤਾਨ ਦੀਆਂ ਸਾਰੀਆਂ ਅਖਬਾਰਾਂ ਦੇ ਵਿੱਚ ਛਪਦੇ ਨੇ ਜਦ ਜਾਤੀ ਵਾਈਜ਼ ਇਸ਼ਤਿਹਾਰ ਛਪਦੇ ਨੇ ਉਹ ਤਾਂ ਖਤਮ ਹੋ ਜਾਣੇ ਚਾਹੀਦੇ ਨੇ ਸੁਪਨਾ ਤਾਂ ਵੱਡਾ ਹੀ ਲੈਣਾ ਚਾਹੀਦਾ ਕਿ ਇਹ ਸਭ ਇੱਕ ਦਿਨ ਖਤਮ ਹੋ ਜਾਵੇਗਾ ਵੈਸੇ ਹੈ ਮੈਨੂੰ ਇੱਕ ਹੋਰ ਥੋੜਾ ਜਿਆਦਾ ਐਂਗਲ ਤੋਂ ਗੱਲ ਡਿਸਕਸ ਕਰਨਾ ਚਾਹੁੰਦਾ ਜੀ ਇਕ ਕੱਲਾ ਇਹ ਰਿਸ਼ਤਾ ਕੱਲਾ ਕਿਸਾਨ ਤੇ ਮਜ਼ਦੂਰ ਚਾ ਜਾਤ ਦਾ ਨਹੀਂ ਬਿਲਕੁਲ ਇਹ ਟੋਟਲ ਇੰਟੈਲੈਕਚੁਅਲ ਤੱਕ ਹੀ ਖਤਮ ਹੋ ਗਿਆ ਐ ਐਬਸੋਲੂਟਲੀ ਇਹ ਟੋਟਲ ਮੀਡਲ ਕਲਾਸ ਚ ਖਤਮ ਹੋ ਗਿਆ ਸਾਡੇ ਘਰਾਂ ਵਿੱਚ ਸਾਰਿਆਂ ਚ ਹੈ ਨਾ ਤੇ ਇਹਦਾ ਮਤਲਬ ਇਹ ਹੈ ਕਿ ਕੱਲਾ ਉੱਥੇ ਕਿਵੇਂ ਖਤਮ ਹੁੰਦਾ ਦੇਖਣਾ ਚਾਹੁੰਦੇ ਆ ਜਦੋਂ ਬਾਕੀ ਜਗ੍ਹਾ ਸੋਸਾਇਟੀ ਸੋ ਕਾਲਡ ਪੜ੍ਹੀ ਲਿਖੀ ਸੋਸਾਇਟੀ ਸਾਰੇ ਲੋਕ ਜਿਹੜੇ ਨੇ ਯੂਨੀਵਰਸਿਟੀਆਂ ਤੋਂ ਲੈ ਕੇ ਪ੍ਰੋਫੈਸਰਾਂ ਤੋਂ ਲੈ ਕੇ ਬਾਕੀ ਲੋਕਾਂ ਤੱਕ ਇਹ ਇੱਕ ਰਿਐਲਿਟੀ ਹੈ ਔਰ ਜੇ ਮਜ਼ਦੂਰ ਦੇ ਬੱਚੇ ਲਈ ਜਦੋਂ ਸਕੂਲ ਬੰਦ ਹੋ ਰਹੇ ਸੀ ਸਾਰਿਆਂ ਨੇ ਕੱਢ ਕੇ ਆਪਣੇ ਪ੍ਰਾਈਵੇਟ ਸੈਕਟਰ ਕਰ ਲਏ ਕਿਹੜੀ ਇੰਟੈਲੈਕਚੁਅਲ ਕਲਾਸ ਲੜੀ ਹੈ ਨਾ ਇੰਟੈਲੈਕਚੁਅਲ ਕਲਾਸ ਤੇ ਜਿਹੜੀ ਵੱਡੇ ਵੱਡੇ ਪਿੰਡਾਂ 'ਚ ਖੁੱਲਣ ਲੱਗ ਗਈ ਮੈਂ ਮੈਂ ਇਹੀ ਗੱਲ ਕਰ ਰਿਹਾ ਕਿ ਅਸੀਂ ਐਸਕੇਪਿਸਟ ਰੂਟ ਲਿਆ ਜਿਹੜਾ ਇੰਟੈਲੈਕਚੁਅਲ ਬੰਦਾ ਬੰਦਾ ਸੀ ਪੰਜਾਬ ਦਾ ਤੇ ਈਵਨ ਦੇਸ਼ਧਾਈ ਸਾਰੇ ਖੇਤ ਦਾ ਜਦੋਂ ਇੱਕ ਪਾਲਿਸੀ ਸ਼ਿਫਟ ਹੋ ਰਹੀ ਸੀ ਉਦੋਂ ਐਜੂਕੇਟਿਡ ਤਬਕਾ ਤੇ ਇੰਟੈਲੈਕਚੁਅਲ ਤਬਕਾ ਜਦੋਂ ਸਾਈਡ ਲਾਈਨ ਲੈਂਦਾ ਹੈ ਤਾਂ ਕੱਲੇ ਕਿਸਾਨ ਜਾਂ ਮਜ਼ਦੂਰ ਤੋਂ ਇਹ ਉਮੀਦ ਕਰਨਾ ਕਿ ਉਹ ਸੋਸਾਇਟੀ ਦੀ ਸਾਰੀ ਜ਼ਿੰਮੇਵਾਰੀ ਆਪ ਨਵਾਏਗਾ ਅਸੀਂ ਕਹਿੰਦੇ ਇਹ ਤਾਂ ਕਰੀਬ ਹੈ ਨਾ ਦੂਜੀ ਇਹ ਹੋ ਨਹੀਂ ਸਕਦਾ ਦੂਜੀ ਗੱਲ ਸੈਕੰਡ ਗੱਲ ਨਹੀਂ ਸੈਕੰਡ ਗੱਲ ਸੈਕੰਡ ਗੱਲ ਇਹ ਹੈ ਕਿ ਉਹਦੇ ਨਾਲ ਜੁੜੀ ਹੋਈ ਗੱਲ ਇਹ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਉੱਥੇ ਡਿਸਪੈਰਟੀ ਹੈ ਡਿਸਪੈਰਟੀ ਸਮਾਜ ਚ ਨੇ ਅਰਬਨ ਖੇਤਰ ਦਾ ਮਜ਼ਦੂਰ कोरोना ਚ ਦੇਖ ਹੀ ਲਿਆ ਸਾਰਿਆਂ ਨੇ ਕੀ ਕੀਤਾ ਉਹਨਾਂ ਨਾਲ ਕੀ ਕੀਤਾ ਉਹਨਾਂ ਨਾਲ 11 ਕਰੋੜ ਬੰਦੇ ਅੱਜ ਆਏ ਆ ਕਿ 3 ਕਰੋੜ ਬੰਦੇ ਨੂੰ ਮਨਰੇਗਾ ਚ ਜਾਦਾ ਨਵੇਂ ਨੂੰ ਮਤਲਬ ਰੁਜ਼ਗਾਰ ਅਪਲਾਈ ਕਰਨਾ ਪਿਆ ਉਹ ਸਾਰਾ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਜੋ ਹਾਲਾਤ ਹੋਦੀ ਹੈ ਤੇ ਉਹ ਸ਼ਹਿਰ ਨੇ ਨਹੀਂ ਸੰਭੇ ਮੰਨ ਲਓ ਖੇਤੀ ਚ ਆ ਗਏ ਉੱਥੇ ਬੇਜ਼ਮੀਨਾ ਮਜ਼ਦੂਰ ਵੀ ਆ ਜੇਕਰ ਫਿਰ ਤਾਂ ਅਰਬਨ ਖੇਤਰ ਦੇ ਮਜ਼ਦੂਰ ਦੀ ਹਾਲਾਤ ਕੀ ਨੇ ਇਹ ਮੈਨੂੰ ਲੱਗਦਾ ਬਹੁਤੇ ਵਾਰ ਉਦੋਂ ਵੀ ਬਦਤਰ ਨੇ ਇਸ ਕਰਕੇ ਇਹ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਅਸੀਂ ਕੀ ਕਰ ਸਕਦੇ ਹਾਂ ਉਹਦੇ ਵਿੱਚ ਇਹ ਗੱਲ ਹੈ ਕਿ ਜਦੋਂ ਇਹ ਪ੍ਰੈਸ਼ਰ ਹੈ ਸਾਡੇ ਤੇ ਇੱਕ ਪਿੰਡ ਵੀ ਇੱਕ ਇਕਾਈ ਹੈ ਤਹਿਸੀਲ ਇੱਕ ਇਕਾਈ ਹੈ ਜ਼ਿਲ੍ਹਾ ਇੱਕ ਸਟੇਟ ਇੱਕ ਇਕਾਈ ਹੈ ਨੇਸ਼ਨ ਨੇਸ਼ਨ ਟੋਟਲੀ ਆਪਣੇ ਤਰੀਕੇ ਦੇ ਨਾਲ ਸਾਰੇ ਨੂੰ ਹਾਸਿਆ ਤੱਕ 4 ਕੋੜ ਬਣਾਤੇ ਨੇ ਮੈਂ ਤਾਂ ਕੱਲ ਖਬਰ ਪੜ੍ਹੀ ਮੈਨੂੰ ਐ ਲੱਗਿਆ ਵੀ ਚਲੋ ਸ਼ਾਇਦ ਗਵਰਨਮੈਂਟ ਨੇ ਕੋਈ ਪਿੱਛੇ ਹਟ ਰਹੀ ਹੈ ਉਹ ਕਹਿੰਦੇ ਨੇ ਕਿ ਅਸੀਂ ਲੇਬਰ ਕੋਡ ਲਾਗੂ ਨਹੀਂ ਕਰਨੇ ਪਰ ਬਾਅਦ ਚ ਜਦੋਂ ਜਾ ਕੇ ਪੜ੍ਹੀ ਉਹ ਕਹਿੰਦੇ ਨੇ ਕੁਝ ਸਟੇਟਾਂ ਨੇ ਰੂਲ ਨਹੀਂ ਫਰੇਮ ਕੀਤੇ ਇਸ ਲਈ ਮਜ਼ਦੂਰੀ ਕੋਈ 1 April ਤੋਂ ਨਹੀਂ ਲਾਗੂ ਹੋ ਰਹੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਪ੍ਰੈਸ਼ਰ ਇਹ ਆਜਾ ਪਾ ਵੀ ਤੇ ਉਹ ਲੇਬਰ ਤੋਂ ਲੈ ਕੇ ਸਭ ਨੂੰ ਇੱਕ ਫਿਰ ਕਾਮਨ ਲੜਾਈ ਹੁੰਦੀ ਆ ਪਹਿਲੀ ਉਹ ਐਗਜ਼ਿਸਟੈਂਸ ਦੀ ਲੜਾਈ ਇਹ ਐਗਜ਼ਿਸਟੈਂਸ ਦੀ ਲੜਾਈ ਲੇਬਰ ਦੇ ਵਾਸਤੇ ਵੀ ਹੈ ਇਹ ਫੈਡਰਲਿਜਮ ਦੇ ਸਟੇਟ ਦੇ ਰਾਈਟਸ ਦਾ ਕੁਐਸਚਨ ਵੀ ਹੈ ਇਹ ਕਿਸਾਨਾਂ ਦੇ ਰਾਈਟਸ ਦਾ ਕੁਐਸਚਨ ਵੀ ਹੈ ਇਹ ਅਨਐਮਪਲॉयਮੈਂਟ ਦਾ ਕੁਐਸਚਨ ਵੀ ਹੈ ਇਹ ਸਮੁੱਚੀ ਲੜਾਈ ਉਹਦੇ ਚੋਂ ਅੱਗੇ ਫਿਰ ਹੈਗੀ ਫ੍ਰੈਗਮੈਂਟੇਸ਼ਨ ਜਿਹੜਾ ਸਭ ਤੋਂ ਲਤਾੜਿਆ ਹੋਇਆ ਵਰਗ ਹੈ ਜੀ ਕੋਈ ਉਹਦੇ ਨਾਲ ਜਦੋਂ ਜੋੜ ਕੇ ਆਪਾਂ ਗੱਲ ਕਰਦੇ ਆ ਪਿੰਡ ਦੀ ਇਕਾਈ ਦੇ ਤੌਰ ਤੇ ਵੀ ਜੇ ਮੈਂ ਗੱਲ ਕਰਾਂ ਤਾਂ ਸਿੰਘੂ ਬਾਰਡਰ ਹੋਵੇ ਜਾਂ ਜਿਹੜਾ ਮਰਜੀ ਤਾਂ ਐਸੇ ਕਰਕੇ ਡਿਬੇਟ ਹੈ ਇਹ ਡਿਬੇਟਾਂ ਇਸ ਚੱਲਦੇ ਅੰਦੋਲਨ ਚ ਹੋਣੀਆਂ ਚਾਹੀਦੀਆਂ ਨੇ ਕਿ ਪਿੰਡ ਦਾ ਰਿਸ਼ਤਾ ਦੁਬਾਰਾ ਰਿਵਾਈਵ ਕਿਵੇਂ ਠੀਕ ਹੋ ਸਕਦਾ ਕਿੰਨੀ ਜ਼ਿਆਦਾ ਸਪੇਸ ਦੂਜੇ ਧਿਰ ਨੂੰ ਮਿਲ ਸਕਦੀ ਹੈ ਜਿਹੜੀ ਤੁਸੀਂ ਪਿੱਛੇ ਸਾਡੇ ਦਿੱਤੇ ਜਿਤਿੰਦਰ ਟੇਕ ਥਿਸ ਕੁਐਸਚਨ ਪਹਿਲੀ ਗੱਲ ਇਹ ਹੈ ਕੋਈ ਇਹ ਸੋਚੇਗਾ ਆਮ ਚੇਅਰ ਐਕਟੀਵਿਸਟ ਜਿਹੜਾ ਹੁੰਦਾ ਨਾ ਉਹ ਤਰ੍ਹਾਂ ਤਰ੍ਹਾਂ ਨਾਲ ਸੋਚਦਾ ਕਿਉਂਕਿ ਉਹ ਸੜਕ ਤੇ ਜਾ ਕੇ ਤਾਂ ਸੋਚ ਨਹੀਂ ਰਿਆ ਜੀ ਅੰਦੋਲਨ ਦੀ ਜਿੱਤ ਦੇ ਵਿੱਚ ਜ਼ਮੀਨਾ ਵਾਲਿਆਂ ਦੀ ਸਟਰੈਂਥ ਮੁੜ ਕੇ ਆਣੀ ਹੈ ਆਫਟਰ ਆਲ ਇੱਕ ਕੈਪਟਲਿਸਟ ਸਿਸਟਮ ਦੇ ਵਿੱਚ ਆਪਣੇ ਸਰਵਾਈਵਲ ਲਈ ਤੇ ਬਿਹਤਰ ਪ੍ਰੋਫਿਟਸ ਦੀ ਉਹ ਲੜਾਈ ਹੈ ਮਜ਼ਦੂਰ ਉਹਨਾਂ ਨਾਲ ਇਸ ਲਈ ਲੜ ਰਿਹਾ ਕਿਉਂਕਿ ਮਜ਼ਦੂਰ ਡਿਪੈਂਡੈਂਟ ਹੀ ਉਹਦੇ ਤੇ ਹੈ ਜੇ ਉਹ ਚਲਾ ਜਾਏਗਾ ਤਾਂ ਮਜ਼ਦੂਰ ਵਿਚਾਰਾ ਕਿੱਥੇ ਜਾਏਗਾ ਉਹਦੀ ਰੋਟੀ ਜਾਂਦੀ ਜਿਹਦਾ ਸੇਵ ਵਾਲਾ ਜੀ ਕਹਿੰਦੇ ਨੇ ਪਰ ਕੋਈ ਐਕਟਿਵਿਸਟ ਵੀ ਤਾਂ ਸੋਚ ਸਕਦਾ ਹੈ ਕਿ ਇਹੀ ਤਾਂ ਮੌਕਾ ਹੈ ਫਿਰ ਫਰਦਰ ਬਟਨਸ ਦਾ ਬੰਦ ਆ ਕਿਉਂਕਿ ਜੇ ਇਹਨਾਂ ਨਹੀਂ ਸਟਰੋਂਗ ਹੋਣਾ ਤੇ ਫਿਰ ਮੈਂ ਤਾਂ ਫਿਰ ਉਸੇ ਇੰਟਰਡਿਪੈਂਡੈਂਸ ਦੇ ਤੌਰ ਤੇ ਇੰਟਰਡਿਪੈਂਡੈਂਸ ਨਹੀਂ ਆਉ ਮੈਂ ਡਿਪੈਂਡੈਂਟ ਆਉਣਾ ਦੇ ਉੱਤੇ ਬੜੀ ਸਿੰਪਲ ਜੀ ਗੱਲ ਹੈ ਕੱਲ ਨੂੰ ਮੈਕਨਾਈਜ਼ੇਸ਼ਨ ਹੋ ਜਾਏਗੀ ਰੋਬੋਟਿਕਸ ਆ ਜਾਏਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਜਾਏਗੀ ਪਤਾ ਨਹੀਂ ਮੇਰੀ ਵੀ ਲੋੜ ਰਹੇਗੀ ਇਹਨਾਂ ਨਹੀਂ ਮੈਨੂਅਲ ਲੇਬਰ ਡੇਸ ਦਾ ਪੰਜਾਬ ਦੇ ਵਿੱਚ ਪਹਿਲਾਂ ਹੀ ਮਿਲੀਅਨਸ ਦੇ ਵਿੱਚ ਘਟੇ ਨੇ ਨਹੀਂ ਬਿਲਕੁਲ ਪਿਛਲੇ ਸਾਲਾਂ ਨਹੀਂ ਅਸੀਂ ਵੀਆਂ ਤੋਂ ਲੈ ਕੇ ਡਵੈਲਪਮੈਂਟ ਦਾ ਮਾਡਲ ਇਹ ਹੈ ਕਿ ਉਹ ਕੱਢ ਹੀ ਦੇਣੇ ਨੇ ਉਹਨਾਂ ਨੇ ਸਾਰੇ ਮਾਡਲ ਇਹ ਹੈ ਕਿ ਉਹ ਕੱਢ ਦੇਣੇ ਨੇ ਖੇਤੀ ਚੋਂ ਕੱਢ ਦੇ ਜੇ ਹਾਰਜਾਨ ਕਿਆਉਸ ਹੀ ਆ ਨਾ ਕਿਆਉਸ ਦੇ ਵਿੱਚ ਮਜ਼ਦੂਰਾਂ ਦੀ ਕਿਤੇ ਸੇਤਾਂ ਜ਼ਿਆਦਾ ਹੋਏਗੀ ਨੰਬਰਸ ਤਾਂ ਹੈਗੇ ਆ ਡੈਮੋਗ੍ਰਾਫਿਕਸ ਤਾਂ ਹੈਗੇ ਨੇ ਤਾਂ ਫਿਰ ਹੋਣ ਦਿਓ ਫਿਰ ਇਨਕਲਾਬ ਦੀਆਂ ਹੀ ਗੱਲਾਂ ਕਰਾਂਗੇ ਵਡੇਰੀ ਵਾਇਲੈਂਸ ਤੋਂ ਕਿਸ ਨੂੰ ਡਰ ਲੱਗਦਾ ਹੈ ਜੇ ਵਾਇਲੈਂਸ ਤੋਂ ਬਾਅਦ ਸਮਾਜ ਥੋੜਾ ਜਿਹਾ ਸਾਵਾ ਹੁੰਦਾ ਹੋਵੇ ਤਾਂ ਦੁਨੀਆ ਦੇ ਵਿੱਚ ਵਾਇਲੈਂਸ ਨੇ ਸਮਾਜ ਨੂੰ ਬੜੀ ਵਾਰੀ ਸਾਵਾ ਕੀਤਾ ਚੰਗੀ ਨਹੀਂ ਹੁੰਦੀ ਹਿੰਸਾ ਪਰ ਹਿੰਸਾ ਨੇ ਕੀਤਾ ਸਾਡੇ ਕੋਲ ਇੰਪੀਰੀਅਲ ਐਵੀਡੈਂਸ ਆ ਮੈਨੂੰ ਲੱਗਦਾ ਜੀ ਵੀ ਉਹ ਗੱਲ ਠੀਕ ਹੈ ਕੀ ਖਤਰਨਾਕ ਆਰਗੂਮੈਂਟ ਹੈ ਨੀ ਆਰਗੂਮੈਂਟ ਬਹੁਤ ਖਤਰਨਾਕ ਹੈ ਪਰ ਮੈਨੂੰ ਲੱਗਦਾ ਵੀ ਹਿੰਸਾ ਵੀ ਬਹੁਤ ਕਿਸਮ ਦੀ ਹੁੰਦੀ ਹੈ ਮਤਲਬ ਰੋਜ਼ ਪਿੰਡਾਂ ਦੀ ਜਿਹੜੀ ਹਿੰਸਾ ਹੈ ਉਹ ਬਹੁਤ ਢਾਂਚਾਗਤ ਹਿੰਸਾ ਹੈ ਉਹ ਹਿੰਸਾ ਹੁੰਦੀ ਵੀ ਹੈ ਪਰ ਸਾਨੂੰ ਦਿਖਦੀ ਵੀ I'm not saying ਕਿ ਹਿੰਸਾ ਕਰੋ I'm saying ਜਾਤ ਦਾ ਸਵਾਲ ਖੜਾ ਕਰ ਦੋ ਜਿਵੇਂ ਜੇ ਪ੍ਰੈਸ਼ਰ ਨਾ ਲੱਗੇ ਵਧਣਾ ਤਾਂ ਜਾਤ ਦਾ ਸਵਾਲ ਪਿੰਡਾਂ ਵਾਲੇ ਚੱਕ ਕੇ ਸ਼ਹਿਰੀਆਂ ਦੇ ਉੱਤੇ ਖੜਾ ਕਰ ਦੇਣਾ ਫਿਰ ਸਮਾਜ ਵਿੱਚ ਖੜਾ ਕਰ ਦੇਣਾ ਫਿਰ ਕਾਸਟ ਦਾ ਕੁਐਸਚਨ ਖੜਾ ਹੋਏਗਾ ਤਾਂ ਫਿਰ ਮਜ਼ਦੂਰ ਦਾ ਦਲਿਤਾ ਦਾ ਸਮਾਜ ਦੇ ਰਿਸ਼ਤੇ ਨਾਲ ਸਾਰੇ ਸਵਾਲ ਮੁੜ ਕੇ ਖੜੇ ਹੋ ਜਾਣਗੇ ਇਹ ਸਾਰੇ ਚੈਪਟਰ ਬੰਦ ਕੀਤੇ ਪਏ ਨੇ ਖੋਲਣ ਦੀ ਲੋ ਇਹ ਚੈਪਟਰ ਜਿਹੜੇ ਵੀ ਬੰਦ ਨੇ ਖੋਲਣ ਦੀ ਲੋੜ ਤਾਂ ਬਿਲਕੁਲ ਹੈਗੀ ਹੋਈ ਹੈਗੀ ਆ ਮੈਨੂੰ ਲੱਗਦਾ ਹੈ ਵੀ ਫਿਰ ਆਪਾਂ ਮਤਲਬ ਉਹਦੀ ਉਹਦੀ ਮਤਲਬ ਜਿਹੜਾ ਜਿਹੜਾ ਇੱਕ ਚੈਪਟਰ ਹੈ ਪਹਿਲਾਂ ਇੱਕ ਚੈਪਟਰ ਪੂਰਾ ਪੜ ਲੀਏ ਤੇ ਦੂਜਾ ਖੋਲੀਏ ਇਹ ਇਵੋਲੂਸ਼ਨ ਜਿਹੜੀ ਕਿੰਨਾ ਬੋਲ ਰਹੀ ਹੈ ਜਿਹੜੀ ਜਿਹੜੀ ਸਟਰਗਲ ਜਿਹੜੀ ਲੜੀ ਜਾ ਰਹੀ ਹੈ ਉਹ ਸਟਰਗਲ ਤੇ ਉਹਦੀ ਜਿਹਨੂੰ ਆਪਾਂ ਪਰਚੋਲ ਕਹਿੰਨੇ ਆ ਉਹਦੀ ਪਰਚੋਲ ਦੇ ਨਾਂ ਨਾਲ ਹੀ ਬਾਕੀ ਦੇ ਸਾਰੇ ਸਵਾਲ ਖੋਲਣੇ ਚਾਹੀਦੇ ਨੇ ਹਲੇ ਤਾਂ ਅਸੀਂ ਔਰਤਾਂ ਦਾ ਸਵਾਲ ਖੋਲਿਆ ਹੀ ਨਹੀਂ ਅਸੀਂ 6 ਮਹੀਨਿਆਂ ਦੇ ਵਿੱਚ ਅਸੀਂ ਇਹਨਾਂ ਸਬਜੈਕਟਸ ਤੇ ਗੱਲ ਨਹੀਂ ਕਰ ਰਹੇ ਅਸੀਂ ਨਹੀਂ ਕਰ ਰਹੇ ਬੋੜੀ ਕਰ ਰਹੇ ਹਾਂ ਥੋੜੀ ਹੋ ਰਹੀ ਅਸੀਂ ਹਲੇ ਔਰਤਾਂ ਦਾ ਸਵਾਲ ਖੋਲੇ ਵੀ ਨਹੀਂ ਰਿਹਾ ਕਿਤੇ ਅੰਦੋਲਨ ਨੂੰ ਨੁਕਸਾਨ ਨਾ ਹੋ ਜਾਵੇ ਉਹਦੇ ਉਹ ਚਿਜਗਲੀ ਬਹੁਤ ਹੈ ਅਸੀਂ ਹਲੇ ਔਰਤਾਂ ਦਾ ਸਵਾਲ ਖੋਲਿਆ ਵੀ ਨਹੀਂ ਹੈਗਾ ਮਤਲਬ ਉਹਨਾਂ ਦੀ ਮਾਲਕੀ ਦਾ ਵੀ ਮਸਲਾ ਉੱਥੇ ਖੜਾ ਮੈਂ ਬ੍ਰੇਕ ਲਈ ਰੁਕ ਰਿਹਾ ਮੈਨੂੰ ਬਾਰ-ਬਾਰ ਬ੍ਰੇਕ ਲਈ ਕਿਹਾ ਜਾ ਰ ਕੁਰਖਤ ਵੀ ਲੱਗ ਸਕਦੇ ਨੇ ਅਜਿਹੇ ਸਮਿਆਂ ਦੇ ਵਿੱਚ ਅਸੀਂ ਅਕਸਰ ਐਪਰੋਪ੍ਰੀਏਟ ਕੀ ਹੈ ਇਸ ਸਮੇਂ ਕਹਿਣਾ ਕੀ ਕਹਿਣਾ ਚਾਹੀਦਾ ਹੈ ਕਿੰਨਾ ਕੁ ਕਹਿਣਾ ਵਾਜਿਬ ਹੋਵੇਗਾ ਕਿਹੜੇ ਸ਼ਬਦ ਵਰਤਨੇ ਵਾਜਿਬ ਹੋਣਗੇ ਆਫਟਰ ਆਲ ਬੜੇ ਸਟ੍ਰੈਟੇਜੀਕਲੀ ਅੰਦੋਲਨ ਲੜਿਆ ਜਾ ਰਿਹਾ ਤੇ ਹਰ ਹਰ ਅੰਦੋਲਨ ਹਰ ਦਿਨ ਹਰ ਪਲ ਇੱਕ ਸੈਂਸਿਟਿਵ ਸਟੇਜ ਤੇ ਹੁੰਦਾ ਇਸ ਗੱਲ ਨੂੰ ਧਿਆਨ ਵਿੱਚ ਰੱਖਾਂਗੇ ਪਰ ਮਿੱਤਰੋ ਸਵਾਲ ਤੇ ਪੁੱਛਾਂਗੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਚਰਚਾ ਕਰ ਰਹੇ ਹਾਂ ਕਿਸਾਨੀ ਦੇ ਅੰਦੋਲਨ ਦੇ ਵਿੱਚ ਮਜ਼ਦੂਰਾਂ ਦੀ ਭੂਮਿਕਾ ਕਿੰਨੀ ਕੁ ਕਿਸਾਨ ਮਜ਼ਦੂਰ ਇਕਤਾ ਸਿੰਘੂ ਬਾਰਡਰ ਤੇ ਲੈ ਕੇ ਤੇ ਆਪਣੇ ਦਿਲਾਂ ਤੱਕ ਸਾਨੂੰ ਦਿਖਾਈ ਦੇ ਰਹੀ ਹੈ ਸਾਡੇ ਵਿੱਚ ਨਾਲ ਚਰਚਾ ਵਿੱਚ ਸ਼ਾਮਿਲ ਨੇ ਹਮੀਰ ਸਿੰਘ ਜੀ ਲਖਮਨ ਸਿੰਘ ਸੇਵਾwala ਜੀ ਤੇ ਜਤਿੰਦਰ ਸਿੰਘ ਜੀ ਹਮੀਰ ਸਿੰਘ ਜੀ ਹਾਊ ਵਿਲ ਯੂ ਡਿਫਾਈਨ ਸਕਸੈਸ ਅੰਦੋਲਨ ਨੂੰ ਸਫਲ ਕਿਦਮ ਮੰਨਿਆ ਜਾਵੇਗਾ ਕਿ ਤਿੰਨੋਂ ਫਾਰਮ ਬਿਲਸ ਵਿਡਰੋ ਹੋ ਜਾਣ ਇਹ ਸਫਲਤਾ ਹੋਵੇਗੀ ਮੈਨੂੰ ਲੱਗਦਾ ਕਿ ਜੇ ਅੱਤਕ ਹਿੰਦੂਤਵਾਦੀ ਜਿਹੜੀ ਹੈਜੀਮਨੀ ਆ ਉਹਦੇ ਤੇ ਜਿਹੜੇ ਸਵਾਲ ਨੇ ਉਹ ਸਫਲਤਾ ਤੇ ਸਾਹਮਣੇ ਨਜ਼ਰ ਆਈ ਰਹੀ ਹੈ ਪਰ ਕੀ ਕੈਪੀਟਲ ਦਾ ਪੂੰਜੀ ਦਾ ਤੇ ਮਜ਼ਦੂਰੀ ਦਾ ਰਿਸ਼ਤੇ ਦਾ ਦੁਬਾਰਾ ਮੇਜ਼ ਦੇ ਉੱਤੇ ਆ ਜਾਣਾ ਸਫਲਤਾ ਹੋਵੇਗੀ ਕਿ ਪਿੰਡਾਂ ਦੇ ਵਿੱਚ ਵੇੜਿਆਂ ਤੇ ਜ਼ਿਮੀਂਦਾਰਾਂ ਦੇ ਘਰਾਂ ਵਿੱਚਲੀ ਖਾਈ ਖਤਮ ਹੋ ਜਾਵੇਗੀ ਉਹ ਤੇ ਇਨਕਲਾਬ ਹੋ ਜਾਵੇਗਾ ਸਫਲਤਾ ਕਾਦੀ ਹੋਵੇਗੀ ਵਿਕਟਰੀ ਵੀਲ ਮੀਨ ਕਿਸੇ ਵੀ ਕਿਸਮ ਦੀ ਵਿਕਟਰੀ ਹੋ ਜਾਵੇ ਚਾਹੇ ਕਿੰਨਾ ਕੁ ਸਮਝੌਤਾ ਵੀ ਹੋਵੇ ਕੁਝ ਵੀ ਹੋਵੇ ਜਦੋਂ ਵਿਕਟਰੀ ਹੋਵੇਗੀ ਇਹਦਾ ਮਤਲਬ ਹੈ ਜਿਹੜੀਆਂ ਨਿਓ ਲਿਬਰਲ ਕਾਰਪੋਰੇਟ ਤੁਸੀਂ ਪੁਲਾੰਗਾ ਪੱਟ ਰਹੇ ਸੀਗੇ ਉਹਨਾਂ ਦੇ ਵਿੱਚ ਕੁਝ ਰੋਕਤਾਂ ਆ ਗਈ ਜੇ ਡਿਫੀਟ ਹੋਗੀ ਤਾਂ ਮਤਲਬ ਉਹਨਾਂ ਨੂੰ ਪੂਰਾ ਹੋ ਗਿਆ ਪਰ ਇੰਡਸਟਰੀਅਲ ਵਰਕਰ ਜਿਹੜੇ ਨੇ ਉਹ ਉਹਨਾਂ ਦੀ ਯੂਨੀਅਨਸ ਹੋਰ ਤਰੀਕੇ ਨਾਲ ਕੰਮ ਕਰਦੀਆਂ ਨੇ ਜਿਹੜੀਆਂ ਇਹ ਫਾਰਮ ਓਨਰਸ ਦੀਆਂ ਯੂਨੀਅਨਸ ਨੇ ਇਹ ਵਿਦਨ ਦਾ ਕੈਪਟਲਿਸਟ ਫਰੇਮਵਰਕ ਗੱਲ ਕਰ ਰਹੀਆਂ ਨੇ ਇਸ ਚੀਜ਼ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ ਕੀ ਜਿਆਦਾ ਨਹੀਂ ਮੈਨੂੰ ਲੱਗਦਾ ਕਿ ਇਸ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੀ ਨਿਸ਼ਾਨਦੇਹੀ ਕਰੈਕਟ ਕਰਨ ਦੀ ਹੈ ਹਾਂ ਜਿਹੜੀ ਵੱਡੀ ਨਿਸ਼ਾਨਦੇਹੀ ਹੈ ਜਿਹੜੀ ਚ ਇਹਨੇ ਡਬਲ ਲਿਆ ਕਿ ਇਕੱਲੀ ਮੋਦੀ ਸਰਕਾਰ ਦੇ ਖਿਲਾਫ ਨਹੀਂ ਇਹ ਕਾਰਪੋਰੇਟ ਕੈਪੀਟਲ ਕੈਪੀਟਲਿਜ਼ਮ ਦੇ ਮਾਡਲ ਦੇ ਖਿਲਾਫ ਅੰਦੋਲਨ ਹੈ ਜਿਹਦਾ ਮਤਲਬ ਹੁੰਦਾ ਕਿ ਮੇਰੀ ਰਹਿਣੀ ਸਹਿਣੀ ਦੇ ਵੀ ਖਿਲਾਫ ਹੈ ਹਾਂ ਸਭ ਸਭ ਕਿਸੇ ਦੇ ਖਿਲਾਫ ਹੈ ਇਹਦਾ ਮਤਲਬ ਜਿਹਨੂੰ ਅਸੀਂ ਰਹਿਣੀ ਸਹਿਣੀ ਦੇ ਮਾਰਕ ਔਰ ਇਸੇ ਕਰਕੇ ਜਿਹੜਾ ਟੋਲ ਪਲਾਜ਼ਾਂ ਜਾਂ ਖੁਸ਼ਕ ਬੰਦਰਗਾਹਾਂ ਜਾਂ ਬਾਕੀ ਦੇ ਖਿਲਾਫ ਇੱਕ ਸੰਬੋਲਕ ਹੈ ਮਤਲਬ ਚਾਹੇ ਉਹ ਉਹ ਇਹ ਹੈ ਕਿ ਕਾਰਪੋਰੇਟ ਡਿਵੈਲਪਮੈਂਟ ਦਾ ਜਿਹੜਾ ਮਾਡਲ ਹੈ ਇਹ ਫਿਊਚਰ ਦੇ ਵਿੱਚ ਨਾ ਕਿਸਾਨ ਨਾ ਮਜ਼ਦੂਰ ਆਮ ਆਦਮੀ ਦੇ ਖਿਲਾਫ ਹੈ ਤੇ ਕੁਝ ਕੈਪਟਲਿਸਟਾਂ ਦੇ ਪੱਖ ਦੇ ਵਿੱਚ ਹੈ ਇਹਦੀ ਨਿਸ਼ਾਨਦੇਹੀ ਕਰਕੇ ਮਾਸਜ ਦਾ ਵੱਡਾ ਅੰਦੋਲਨ ਹੈ ਇਹ ਇਸ ਮਤਲਬ ਉਹਦਾ ਇਸੇ ਕਰਕੇ ਸ਼ਾਇਦ ਦੁਨੀਆ ਪੱਧਰ ਤੇ ਇਸੇ ਕਰਕੇ ਦੇਸ਼ ਪੱਧਰ ਦੇ ਉੱਤੇ ਇਹਦੀ ਮਾਨਤਾ ਇਸ ਰੂਪ ਚ ਹੈ ਕਿ ਇਹ ਤਾਂ ਪੀਸਫੁੱਲ ਅੰਦੋਲਨ ਹੈ ਇੱਕ ਗੱਲ ਕਲੀਅਰ ਹੋ ਗਈ ਸਾਰੇ ਅੰਦੋਲਨ ਦਾ ਵੱਖ-ਵੱਖ ਜਥੇਬੰਦੀਆਂ ਕਿ ਇਹਨੂੰ ਪੀਸਫੁੱਲ ਅੰਦੋਲਨ ਹੈ ਏਡਾ ਵੱਡੇ ਪੱਧਰ ਤੇ ਦੂਜਾ ਕਾਰਪੋਰੇਟ ਵਿਕਾਸ ਦੇ ਤੌਰ ਤਰੀਕਿਆਂ ਦੇ ਖਿਲਾਫ ਹੈ ਇਹ ਤਾਂ ਇਹਦੀ ਸਕਸੈਸ ਹੈ ਅਗਲੀ ਗੱਲ ਇਹਦਾ ਸਸਟੇਨ ਹੋਣਾ ਵੀ ਬੜੇ ਵੱਡੇ ਪੱਧਰ ਦੇ ਉੱਤੇ ਕਿ ਇੰਨਾ ਲੰਮਾ ਸਮਾਂ ਲੋਕਾਂ ਨੂੰ ਲੜਨ ਜੇ ਲੋਕ ਲੜਨ ਤੇ ਆਉਣ ਤਾਂ ਲੜ ਸਕਦੇ ਨੇ ਜਦੋਂ ਆਪਸੀ ਕੰਟਰੀਬਿਊਟ ਕਰਦੇ ਨੇ ਉਹ ਵੀ ਹੈ ਤੀਜਾ ਮੈਨੂੰ ਲੱਗਦਾ ਕਿ ਔਰਤਾਂ ਦਾ ਬਾਹਰ ਆਉਣਾ ਜੇ ਲੀਡਰਸ਼ਿਪ ਬਹੁਤ ਦੂਰ ਹੈ ਹਜੇ ਉਹਨਾਂ ਦੀ ਮਾਲਕੀ ਦਾ ਸਵਾਲ ਕਾਨੂੰਨ ਦੇ ਉਹ ਅਲੱਗ ਸਵਾਲ ਨੇ ਪਹਿਲੇ ਦਿਨੀ ਸਾਰਿਆਂ ਦੋਲਣ ਤੋਂ ਨਹੀਂ ਇਹ ਵੀ ਉਹਦਾ ਇੱਕ ਸਕਸੈਸ ਪੁਆਇੰਟ ਹੈ ਇਹ ਅਹਿਸਾਸ ਕਰਨਾ ਕਿ ਸਾਂਝਾ ਅੰਦੋਲਨ ਲੜਨਾ ਪਏਗਾ ਇਕੱਲੇ ਕਿਸਾਨ ਆਪਣਾ ਨਹੀਂ ਲੜ ਸਕਦੇ ਇਕੱਲੇ ਮਜ਼ਦੂਰ ਆਪਣਾ ਨਹੀਂ ਲੜ ਸਕਦੇ ਇਕੱਲੇ ਉਹ ਕਿਉਂਕਿ ਜੇ ਐ ਉਥੇ ਟੰਗਿਆ ਜਾਣਾ ਨਹੀਂ ਉਸ ਅਪਰੋਚ ਇਹ ਮਹਿਸੂਸ ਕਰਨਾ ਅਪਰੋਚ ਦੇ ਤਾਂ ਇਹ ਇੱਕ ਸਿੰਬੋਲਿਕ ਤਰੀਕੇ ਦੇ ਸਾਡੇ ਸਾਹਮਣੇ ਇਸ ਦੇਰਾ ਚਾਂਸ ਕਿ ਜਿਹੜਾ ਹਿੰਦੂ ਤੱਕ ਦਾ ਲਾਰਜਰ ਵਰਕਿੰਗ ਕਲਾਸ ਯੂਨਿਟੀ ਦੀ ਗੱਲੇ ਸੰਦੋਲਨ ਚੋਂ ਨਿਕਲੇਗੀ ਪੈਂਡੂ ਲੱਗਦਾ ਦਿਖਲੇਗੀ ਕਿਉਂਕਿ ਇਹ ਸ਼ਹਿਰੀ ਵੀ ਪਿੰਡੂ ਵੀ ਸ਼ਹਿਰੀ ਵੀ ਪਿੰਡੂ ਵੀ ਔਰ ਜਿਵੇਂ ਜਿਵੇਂ ਇਹ ਚੱਲ ਰਿਹਾ ਔਰ ਬੜੀ ਜਗ੍ਹਾ ਤੱਕ ਜਿਵੇਂ ਹੁਣ ਕਰਨਾਟਕ ਕਰਨਾਟਕਾ ਦੇ ਵਿੱਚ ਹਮ ਕਰਨਾਟਕਾ ਦੇ ਵਿੱਚ ਜਿਹੜਾ ਮਾਡਲ ਇਸੇ ਅੰਦੋਲਨ ਨਾਲ ਜੁੜ ਕੇ ਚੱਲ ਰਿਹਾ ਉਥੇ 34 ਜਥੇਬੰਦੀਆਂ ਨੇ ਇੱਕ ਸਾਂਝਾ ਫਰੰਟ ਬਣਾਇਆ ਜਿਦੇ ਚ ਮਜ਼ਦੂਰ ਜਥੇਬੰਦੀਆਂ ਵੀ ਨੇ ਔਰ ਕਿਸਾਨ ਜਥੇਬੰਦੀਆਂ ਵੀ ਨੇ ਕਾਮਨ ਫਰੰਟ ਹੈ ਹੂੰ ਔਰ ਉਹ ਡਿਸੀਜਨ ਮੇਕਿੰਗ ਚ ਵੀ ਕਾਮਨ ਹੈ ਕarnataka ਦੀ ਕਿਸਾਨ ਮੂਵਮੈਂਟ ਸਭ ਤੋਂ ਮਜ਼ਬੂਤ ਮੂਵਮੈਂਟ ਮੰਨੀ ਜਾਂਦੀ ਹੈ ਸਾਡੇ ਸਾਡੇ ਦੇਸ਼ ਦੇ ਵਿੱਚ ਪਿਛਲੇ 30 ਸਾਲਾਂ ਦੇ ਵਿੱਚ ਜੇ ਉਹਨਾਂ ਨੇ ਇਸ ਪਾਸੇ ਨੂੰ ਚੱਲੇ ਆ ਤਾਂ ਮੈਨੂੰ ਲੱਗਦਾ ਪੰਜਾਬ ਨੂੰ ਵੀ ਤੇ ਬਾਕੀ ਨੂੰ ਵੀ ਉਹਦੇ ਤੋਂ ਵੀ ਸਿੱਖਣਾ ਚਾਹੀਦਾ ਨਾਲ ਇਹ ਨਹੀਂ ਕਿ ਅੰਦੋਲਨ ਅਸੀਂ ਪਹਿਲਾਂ ਸ਼ੁਰੂ ਕਰਤਾ ਰਾਇਤ ਮੂਵਮੈਂਟਸ ਤੋਂ ਬਹੁਤ ਸਿੱਖਿਆ ਹਾਂ ਜਿੱਥੇ ਜਿੱਥੇ ਆ ਤੇ ਉਹਦੇ ਤੋਂ ਸਿੱਖਣ ਦੀ ਗੱਲ ਹੈ ਕਿ ਉਹਦੇ ਚ ਡਿਸੀਜਨ ਮੇਕਿੰਗ ਦੇ ਵਿੱਚ ਵੀ ਹਲੇ ਜਿੰਨਾ ਚਾਹੀ ਮਜ਼ਦੂਰ ਘੱਟ ਆਰਗੇ ਉਸ ਲੈਵਲ ਦੀਆਂ ਚੀਜ਼ਾਂ ਆਉਣਗੀਆਂ ਤਾਂ ਹੌਲੀ ਹੌਲੀ ਇੱਕ ਪ੍ਰੋਸੈਸ ਦੇ ਵਿੱਚੋਂ ਇਹ ਚੀਜ਼ਾਂ ਅੱਗੇ ਡਿਵੈਲਪ ਹੋਣਗੀਆਂ ਇਸ ਅੰਦੋਲਨ ਦੇ ਵਿੱਚ ਔਰ ਇਹ ਗੱਲ ਠੀਕ ਹੈ ਕਿ ਜੇ ਉੱਪਰਲੀ ਲੀਡਰਸ਼ਿਪ ਇਹ ਮਹਿਸੂਸ ਕਰਨ ਲੱਗੀ ਹੈ ਚਾਹੇ ਉਹ ਪ੍ਰੈਸ਼ਰ ਚ ਹੋਵੇ ਜਾਂ ਇਹ ਮਾਨਸਿਕਤਾ ਨਹੀਂ ਹਾਲਾਂਕਿ ਫਿਲਾਸਫਿਕਲੀ ਤਾਂ ਇਸ ਨੂੰ ਡਾਇਲੋਜੀਕਲੀ ਦੋ ਤਰ੍ਹਾਂ ਲੀਡ ਕਰ ਰਹੀਆਂ ਨੇ ਇੱਕ ਕਹਿੰਦੀ ਅਸੀਂ ਪੰਥਿਕ ਆਂ ਇੱਕ ਕਹਿੰਦੀ ਅਸੀਂ ਕਮਿਨਿਸਟ ਆਂ ਬੇਸਿਕਲੀ ਦੋ ਤਰ੍ਹਾਂ ਵਾਈਨਾਂ ਜਿਹਦੇ ਸੋਸ਼ਲ ਮੀਡੀਆ ਤੇ ਲੜਾਈ ਹੈ ਜਾਤ ਪਾਤ ਤਾਂ ਦੋਨੋਂ ਇਨਸਾਨਾਂ ਲੈ ਸਕਦੇ ਦੋਨੋਂ ਨਹੀਂ ਦੋਨੋਂ ਜਾਤ ਦੇਖਣਾ ਆਪਨੇ 550 ਸਾਲ ਤੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨੀਚਾ ਅੰਦਰ ਨੀਚਾ ਯਾਤ ਨੀਚੀ ਹੁਆ ਤਨੁਈਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸੋ ਕੀ ਰੀਸ ਹੋਰ ਇੱਕ ਸਦੀ ਹੋ ਗਈ 5ਵੀਂ ਨਹੀਂ ਜ਼ਿਆਦਾ ਹੋਏ ਨੇ 12 ਅਕਤੂਬਰ 1920 ਨੂੰ ਜਦੋਂ ਦਲਤਾਂ ਦਾ ਪ੍ਰਸਾਦ ਨਹੀਂ ਸੀ ਮਤਲਬ ਲੈ ਰਹੇ ਹੋਤੇ ਕੋ ਜੋ ਜਾਨੀ ਤਾਂ ਉਦੋਂ ਇਕੱਲੇ ਦਲਤ ਦੀ ਮੂਵਮੈਂਟ ਬਣਦੀ ਕਿਵੇਂ ਆ ਇਕੱਲੀ ਦਲਤ ਮੂਵਮੈਂਟ ਖਾਲਸਾ ਕਾਲਜ ਦੀ ਟੋਟਲ ਫੈਕਲਟੀ ਪ੍ਰੋਫੈਸਰ ਜਾਣਦੇ ਨੇ ਨਾਲ ਤੇ ਕਰਤਾਰ ਸਿੰਘ ਚੱਬਰ ਵਰਗੇ ਬੰਦੇ ਜਾਂਦੇ ਨੇ ਨਾਲ ਜਿਹੜੇ ਮਤਲਬ ਅਕਾਲੀ ਦਲ ਬਾਅਦ ਚ ਬਣਦਾ ਤੇ ਉਹਦਾ ਲੀਡਰ ਨੇ ਉਹ ਜਾ ਕੇ ਨਾਲ ਰਲ ਕੇ ਕਹਿੰਦੇ ਨੇ ਕਿ ਇੱਕ 17 ਮੈਂਬਰੀ ਕਮੇਟੀ ਬਣੂਗੀ ਇੱਥੇ ਤੁਸੀਂ ਕੌਣ ਹੋ ਜਿਹਦੇ ਚੋਂ ਐਸਜੀਪੀਸੀ ਜਨਮ ਲੈਂਦੀ ਹੈ ਤੇ ਉਹਦੇ 10 ਦਲਤ ਨੇ ਇਨਵੋਲਵ ਬਾਅਦ ਦੇ ਪ੍ਰੋਸੈਸਸਸ ਅਸੀਂ ਕੀ ਕੀਤਾ ਬਾਅਦ ਦੇ ਪ੍ਰੋਸੈਸਸਸ ਜਾਤ ਅਧਾਰਤ ਗੁਰਦੁਆਰੇ ਜਾਤ ਅਧਾਰਤ ਕਰਮੇਸ਼ਰ ਗਰਾਊਂਡ ਤੇ ਬਾਅਦ ਗੁਰਦੁਆਰਿਆਂ ਦੇ ਵਿੱਚ ਤਾਂ ਇਹ ਹੋ ਗਈ ਪਰ ਉਹ ਕਰਤਾਰ ਸਿੰਘ ਚੱਬਰ ਥਰੋਅਅਪ ਕਰੇਗੀ ਔਰ ਉਹ ਕਿਉਂ ਨਹੀਂ ਕਰਦੀ ਉਹਨਾਂ ਤੇ ਸਵਾਲ ਹੋਣਗੇ ਨਾ ਉਹ ਕਰਨੇ ਚਾਹੀਦੇ ਨੇ ਜਿਹੜਾ ਕਹਿੰਦਾ ਮੈਂ ਪੰਥਕ ਰਾਜ ਨੀਤੀ ਦਾ ਬਧਾਈ ਆ ਮੈਂ ਪੰਥ ਨੂੰ ਅਪਣਾਉਣਾ ਮੈਂ ਰੋਜ਼ ਗੁਰਦੁਆਰੇ ਜਾਣਾ ਉਹ ਤੇ ਸਵਾਲ ਹੋਏ ਆ ਔਰ ਇਸੇ ਤਰ੍ਹਾਂ ਜਿਹੜੇ ਲੈਫਟ ਤੇ ਵੀ ਸਵਾਲ ਹੋਣੇ ਚਾਹੀਦੇ ਨੇ ਜੇ ਉਹਦੀ ਕਿਸਾਨ ਜਥੇਬੰਦੀ ਤੇ ਉਹਦੀ ਮਜ਼ਦੂਰ ਜਥੇਬੰਦੀ ਚ ਐਡਾ ਵੱਡਾ ਗੈਪ ਹੈ ਤਾਂ ਉਹ ਕਿਉਂ ਹੈ ਬਿਲਕੁਲ ਗੱਲ ਤਾਂ ਕਾਨੂੰਨਾ ਦੀ ਹੋ ਰਹੀ ਹੈ ਇਹ ਉਹ ਸਮਾਂ ਅਸੀਂ ਕਦੀ ਨਹੀਂ ਸੀ ਸੋਚਿਆ ਕਿ ਇੱਕ ਸਮਾਂ ਇਹੋ ਜਿਹਾ ਆਵੇਗਾ ਕਿ ਬੇਅਰ ਐਕਟ ਛਾਪੇ ਜਾਣਗੇ ਲੱਖਾਂ ਦੀ ਗਿਣਤੀ ਚ ਤੇ ਕਿਸਾਨ ਮਜ਼ਦੂਰ ਪਿੰਡਾਂ ਦੇ ਬੈਠ ਕੇ ਸਰਕਾਰ ਦੇ ਕਾਨੂੰਨ ਦੀਆਂ ਬਰੀਕੀਆਂ ਸਮਝ ਰਹੇ ਹੋਣ ਪਰ ਜੇ ਤੁਸੀਂ ਵੀ ਜੇ ਮਜ਼ਦੂਰ ਚੜ ਜਾਵੇ ਸੰਗੂ ਟਿਕਰੀ ਗਾਜ਼ੀਪੁਰ ਦੀ ਸਟੇਜ ਦੇ ਉੱਤੇ ਤੇ ਕਵੇ ਦੇਖੋ ਜੀ ਇਹ ਕੀ ਹੈਗਾ ਪੰਜਾਬ ਵਿਲੇਜ ਕਾਮਨ ਲੈਂਡ ਰੈਗੂਲੇਸ਼ਨ ਐਕਟ 1961 ਵਾਲਾ ਬਈ ਪਿੰਡ ਦੇ ਵਿੱਚ ਜਿਹੜੀ ਸਾਂਝੀ ਜ਼ਮੀਨ ਹੈ ਵਾਹੀਯੋਗ ਉਹਦਾ ਤੀਜਾ ਹਿੱਸਾ ਦਲਿਤ ਨੂੰ ਮਿਲਣਾ ਹੀ ਮਿਲਣਾ ਦੂਜਾ ਐਕਟ ਹੈਗਾ ਪੰਜਾਬ ਸਿਕਿਉਰਿਟੀ ਆਫ ਲੈਂਡ ਐਨੋਰ ਐਕਟ 1955 ਵਾਲਾ ਵੀ ਜੇ ਕਿਸੇ ਨੇ ਮੁਜ਼ਾਰੇ ਤੇ ਜ਼ਮੀਨ ਲਈ ਹੈ ਤਾਂ ਉਹ ਜਿਹੜਾ ਉਹਦਾ ਠਿਕਾ ਉਹ ਕਰੌਪ ਦੇ ਜਿਹੜਾ 1/3 ਤੋਂ ਜਿਹੜੀ ਕ੍ਰੌਪ ਦੀ ਇਨਕਮ ਹੈ ਫਸਲ ਤੋਂ ਇਨਕਮ ਹੈ ਉਹਦੇ 1/3 ਤੋਂ ਜ਼ਿਆਦਾ ਦਾ ਠੇਕਾ ਨਹੀਂ ਹੋ ਸਕਦਾ ਤੇ ਪੰਜਾਬ ਦੇ ਵਿੱਚ ਤਾਂ ਸਾਨੂੰ ਪਤਾ ਠੇਕੇ ਕਿੰਨੇ ਮਹਿੰਗੇ ਜਾਂਦੇ ਨੇ ਤੇ ਤੀਜਾ ਹੈਗਾ ਪੰਜਾਬ ਲੈਂਡ ਰਿਫਾਰਮਜ਼ ਐਕਟ 1972 ਜਿਹਦਾ ਮਤਲਬ ਹੈ ਵੀ 7 ਹੈਕਟੇਅਰ ਤੋਂ ਜ਼ਿਆਦਾ ਤੇ ਕਿਸੇ ਦੀ ਜ਼ਮੀਨ ਦੀ ਮਾਲਕੀ ਹੋ ਹੀ ਨਹੀਂ ਸਕਦੀ ਵਾਹੀਯੋਗ ਜ਼ਮੀਨ ਦੀ ਇਰੀਗੇਟਿਡ ਵਾਹੀਯੋਗ ਜ਼ਮੀਨ ਪੰਜਾਬ ਦੇ ਵਿੱਚ ਤਾਂ ਸਾਰੀ ਇਰੀਗੇਟਿਡ ਵਾਹੀਯੋਗ ਜ਼ਮੀਨ ਹੈ ਤੇ ਇਹਦਾ ਮਤਲਬ ਜਿਹੜੀਆਂ ਫਿਰ ਅਖਬਾਰ ਚ ਇਸ਼ਤਿਹਾਰ ਚ ਆਪਦੇ ਨੇ ਕਿ ਮੁੰਡਾ 100 ਕਿੱਲੇ ਦਾ ਮਾਲਕ ਹੈ ਮੁੰਡਾ 20 ਕਿੱਲੇ ਦਾ ਮਾਲਕ ਹੈ ਉਹ ਮੁੰਡਾ ਫੜ ਕੇ ਸ਼ਾਮ ਨੂੰ ਅੰਦਰ ਦੇਣਾ ਤੇ ਗ੍ਰਿਫਤਾਰੀਆਂ ਹੁੰਦੀਆਂ ਹੀ ਨਹੀਂ ਗੀਆਂ ਜੇ ਤੁਸੀਂ ਇਹ ਤਿੰਨ ਗੱਲਾਂ ਕਰੋਗੇ ਤੇ ਮੋਰਚਾ ਕੀ ਭਕੇਗਾ ਨਹੀਂ ਕਿ ਪਿੰਡਾਂ ਦੇ ਵਿੱਚ ਬੈਠੀਆਂ ਮਜ਼ਦੂਰਾਂ ਦੀਆਂ ਫੌਜਾਂ ਤਾਕੇ ਸਿੰਘੂ ਬਾਰਡਰ ਨੂੰ ਨਹੀਂ ਆਪਣਣਗੀਆਂ ਕੀ ਅੰਦੋਲਨ ਹੋਰ ਨਹੀਂ ਭਕੇਗਾ ਕੀ ਸਾਰੇ ਕਿਸਾਨ ਯੂਨੀਅਨਾਂ ਹੋਰ ਖੁਸ਼ ਨਹੀਂ ਹੋ ਜਾਣਗੀਆਂ ਦੇਖੋ ਇਹਦੇ 'ਚ ਕਿਸੇ ਵੀ ਗੱਲ ਦਾ ਅਮਲ ਚੱਲਦਾ ਹੈ ਹੌਲੀ-ਹੌਲੀ ਔਰ ਜਿੱਥੋਂ ਤੱਕ ਇਹ ਆ ਵੀ ਇਹ ਕੁਐਸਚਨ ਜਿਹੜੇ ਚਾਹੇ ਜ਼ਮੀਨ ਦੇ ਆ ਚਾਹੇ ਮਜ਼ਦੂਰਾਂ ਦੇ ਕਰਜ਼ੇ ਦੇ ਆ ਇਹ ਸਵਾਲ ਅਸੀਂ ਲਗਾਤਾਰ ਜਿੱਦੇ ਬਰਨਾਲੇ ਦੇ ਵਿੱਚ ਬਹੁਤ ਵੱਡੀ ਰੈਲੀ ਹੋਈ। ਉੱਥੇ ਇਹ ਬਹੁਤ ਜ਼ੋਰ ਨਾਲ ਪੁੱਟ ਕੀਤਾ ਗਿਆ ਸਵਾਲ ਸਾਡੇ ਮਜ਼ਦੂਰਾਂ ਦੀ ਰੈਲੀ ਸੀ। ਨਾ ਨਰੋਲ ਮਜ਼ਦੂਰਾਂ ਦੀ ਨਹੀਂ ਸੀ। ਨਰੋਲ ਮਜ਼ਦੂਰਾਂ ਦੀ ਸੀ। ਨਹੀਂ ਨਹੀਂ, ਨਰੋਲ ਮਜ਼ਦੂਰਾਂ ਦੀ ਨਹੀਂ ਸੀ। ਅੱਛਾ ਉਹ ਕਿਸਾਨੀ ਉਹ ਬੀਕੇ ਜੋ ਇਕਤਾ ਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਜਿੱਨੇ ਬੋਲਦੇ ਜੀ ਬੜੀ ਰੈਲੀ ਸੀ ਰਾਜੀਵਲ ਸਾਹੂ ਨੇ ਵੀ ਬੋਲਣਾ ਹੱਸ ਤੇ ਐਸੀ ਉਹਦੇ ਵਿੱਚ ਘਟੋਟ 2 ਲੱਖ ਦਾ ਕੱਟ ਸੀ। ਇੱਕ ਨਰੋਲ ਮਜ਼ਦੂਰਾਂ ਦੀ ਵੀ ਰੈਲੀ ਕੀਤੀ ਸੀ। ਨਰੋਲ ਮਜ਼ਦੂਰਾਂ ਦੀ ਅਸੀਂ ਬਟੰਡੇ ਦੇ ਵਿੱਚ ਵੀ ਕੀਤੀ ਆ 90 ਦੇ ਵਿੱਚ ਵੀ ਹੋਈ ਆ ਲੁਧਿਆਣੇ ਦੇ ਵਿੱਚ ਅੱਲੱਗ ਹੋ ਔਰ ਅਸੀਂ ਉਹਨਾਂ ਸਾਰੀਆਂ ਜਗ੍ਹਾ ਦੇ ਉੱਤੇ ਇਹ ਗੱਲ ਬਹੁਤ ਜ਼ੋਰ ਨਾਲ ਰੱਖੀ ਆ ਹੂੰ ਕਿ ਇਸ ਕਾਨੂੰਨਾ ਦੇ ਨਾਲ-ਨਾਲ ਜੇ ਅਸੀਂ ਜਿਹੜਾ ਇਹਨਾਂ ਦੇ ਮੁਕਾਬਲੇ ਦੇ ਉੱਤੇ ਵਿਕਾਸ ਦਾ ਮਾਡਲ ਆ ਹੂੰ ਉਹ ਅਪਣਾਉਣਾ ਹੈ ਤਾਂ ਇਹ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰੇ ਤੋਂ ਬਿਨਾ ਹੂੰ ਜ਼ਮੀਨਾਂ ਦੀ ਵੰਡ ਕਰੇ ਤੋਂ ਬਿਨਾ ਨਾ ਸਿਰਫ ਕੱਲੀਆਂ ਜ਼ਮੀਨਾਂ ਦੀ ਵੰਡ ਦਾ ਮਸਲਾ ਹੈ ਹੂੰ ਉਦੋਂ ਬਿਨਾ ਜਿਹੜੇ ਉਹਨਾਂ ਦੇ ਜਿਹੜੇ ਵੱਡੇ ਜ਼ਗੀਰਦਾਰ ਆ ਚਾਹੇ ਬਾਦਲ ਹੋਣੀ ਆ ਚਾਹੇ ਉਹ ਕੈਪਟਨ ਹੋਣੀ ਆ ਚਾਹੇ ਕੋਈ ਹੋਰ ਵੱਡੇ ਵੱਡੇ ਨੇ ਹਮ ਉਹਨਾਂ ਦੀ ਪੂੰਜੀ ਨੂੰ ਹਮ ਉਹਨਾਂ ਨੂੰ ਸੰਸਾਧਨ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਦਿੱਤੇ ਤੋਂ ਬਿਨਾ ਹਮ ਇਹ ਵਿਕਾਸ ਹੋ ਨਹੀਂ ਸਕਦਾ ਇਕੱਲਾ ਜ਼ਮੀਨ ਦਾ ਸਵਾਲ ਨਹੀਂ ਪੂਰਾ ਇੱਕ ਮਾਡਲ ਆ ਕੇ ਇਸ ਯੂਥ ਕਿਸਾਨ ਮੋਰਚੇ ਦੇ ਏਜੰਡੇ ਤੇ ਆਏਗਾ ਸਵਾਲ ਇਹ ਹੌਲੀ ਹੌਲੀ ਆਊਗਾ ਸਭ ਨਾਲੇ ਆਊਗਾ ਇਹ ਇਹਦਾ ਪਰ ਪ੍ਰੋਸੈਸ ਹੁੰਦਾ ਹੈ ਹਮ ਔਰ ਜਿੱਥੋਂ ਤੱਕ ਇਹ ਮਾਮਲਾ ਹੈਗਾ ਹਮ ਜੇ ਜਸਵਿੰਦਰ ਦਾ ਸਵਾਲ ਠਾਉਂਗੇ ਤਾਂ ਕਿਸਾਨਾਂ ਤੇ ਮਜ਼ਦੂਰਾਂ ਚ ਪਾਟਕ ਪੈਜੂ ਅਸੀਂ ਸਮਝਦੇ ਨਹੀਂ ਪੈਂਦਾ ਕਿਉਂਕਿ ਪੰਜਾਬ ਦੀ 17% ਮਾਲਕ ਕਿਸਾਨੀ ਜ਼ਮੀਨ ਤੋਂ ਵਹਿਲੀ ਹੋ ਚੁੱਕੀ ਆ ਉਹਦੀ ਲੋੜ ਆ ਉਹਨੂੰ ਵੀ ਜ਼ਮੀਨ ਮਿਲੇ ਜਿਹੜੇ ਹੁਣ ਵੱਡੇ ਵੱਧ ਜ਼ਿਆਦੇ ਜੰ ਪੈਸੇ ਦੇ ਕੇ ਜ਼ਮੀਨਾਂ ਠੇਕੇ ਤੇ ਲੈ ਰਹੇ ਆ ਉਹ ਇਸ ਕਰਕੇ ਲੈ ਰਹੇ ਆ ਕਿ ਉਹਨਾਂ ਕੋਲ ਜ਼ਮੀਨਾਂ ਦੀ ਤੋਟ ਆ ਔਰ 5 ਏਕੜ ਤੱਕ ਵਾਲਿਆਂ ਦੀ ਗਿਣਤੀ 80% ਤੱਕ ਬਣ ਜਾਂਦੀ ਆ ਇਹ ਬਹੁਤ ਵੱਡੀ ਗਿਣਤੀ ਤਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਉਹ ਆ ਜਿਹਨਾਂ ਦਾ ਆਪੋ ਵਿੱਚ ਰਿਸ਼ਤਾ ਬਣਦਾ ਆ ਔਰ ਜਿੱਥੋਂ ਤੱਕ ਇਸ ਗੱਲ ਨੂੰ ਅੱਗੇ ਵਧਾਉਣ ਦਾ ਮਸਲਾ ਵੀ ਆ ਕਿ ਇਹਨਾਂ ਕਾਨੂੰਨਾਂ ਦੇ ਨਾਲ-ਨਾਲ ਹੌਲੀ-ਹੌਲੀ ਇਹ ਗੱਲਾਂ ਵੀ ਹੋਣਗੀਆਂ ਤਾਂ ਮਜ਼ਦੂਰਾਂ ਨੂੰ ਇਹ ਗੱਲ ਦੀ ਜਾਗ ਲੱਗੂਗੀ ਔਰ ਨਾਲ ਹੀ ਮਜ਼ਦੂਰਾਂ ਨੂੰ ਇਹ ਗੱਲ ਵੀ ਸਾਨੂੰ ਦੱਸਣ ਦੀ ਲੋੜ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਆ ਇਹ ਸਾਡੇ ਜਿਹੜੇ ਬੁੱਧੀਜੀਵੀ ਹਿੱਸੇ ਆ ਜਾਂ ਜਿਹੜੇ ਕੋਈ ਪੜ੍ਹੇ ਲਿਖੇ ਹਿੱਸੇ ਆ ਉਹਨਾਂ ਦੇ ਵਿੱਚ ਤਾਂ ਹੈਗਾ ਕਿ ਇਹਨਾਂ ਦਾ ਮਜ਼ਦੂਰਾਂ ਤੇ ਅਸਰ ਪਊਗਾ ਹੁਣ ਮਜ਼ਦੂਰ ਬੰਦਿਆਂ ਨੂੰ ਸਾਨੂੰ ਸਭਨਾਂ ਨੂੰ ਸਾਡੀ ਕੱਲ੍ਹਾਂ ਦੀ ਜ਼ਿੰਮੇਵਾਰੀ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੇਰੇ ਤੇ ਬੜੇ ਲਿਖੇ ਹਿੱਸੇ ਦਾ ਸਾਰੇ ਸਿੰਘੂ ਬਾਰਡਰ ਤੇ ਨਾ ਸਿੱਖਣ ਗਏ ਹੋਏ ਨੇ ਜਾਂ ਸਿੱਖਣ ਜਾਣਾ ਚਾਹੀਦਾ ਹੈ ਉਹਨਾਂ ਨੂੰ ਬੜੇ ਸੀ ਉਹਦਾ ਲੱਗਿਆ ਸਭਨਾਂ ਨੂੰ ਮਜ਼ਦੂਰਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜਿਹੜੀ ਇਹ ਸਵਾਲ ਆ ਕਿ ਜੇ ਜ਼ਮੀਨ ਖੁੱਸੂਗੀ ਕਿਸਾਨ ਦੀ ਤਾਂ ਜੇ ਉਹ ਬੇਜ਼ਮੀਨੇ ਹੋਣਗੇ ਤਾਂ ਉਹ ਮਜ਼ਦੂਰਾਂ ਦੀ ਫੌਜ ਚ ਵੰਦਾ ਕਰਨਗੇ ਤੇ ਉਹਨਾਂ ਦੇ ਜਿਹੜਾ ਰਜਗਾਰ ਆ ਹੋਰ ਘਟੂਗਾ ਜਦੋਂ ਖੁੱਲੀ ਮੰਡੀ ਦਾ ਕਾਨੂੰਨ ਆਊਗਾ ਤਾਂ ਇਹਦੇ ਤਹਿਤ ਜਿਹੜੀ ਦਾਣਾ ਮੰਡੀਆਂ ਦੇ ਵਿੱਚ ਮਜ਼ਦੂਰਾਂ ਨੂੰ ਮਜ਼ਦੂਰੀ ਮਿਲਦੀ ਉਹ ਨਹੀਂ ਮਿਲੂਗੀ ਜਿਸ ਤਰੀਕੇ ਦੇ ਨਾਲ ਹੁਣ ਅਡਾਨੀ ਦੇ ਨਾਮ ਦੇ ਵਿੱਚ ਆ। ਇਹ ਸਰਕਾਰ ਦੇ ਵੇਟ ਤੇ ਇਸ ਕਿਸਮ ਦੀ ਚਰਚਾ ਅੰਦੋਲਨ ਨੂੰ ਨੁਕਸਾਨ ਪਹੁੰਚਾਏਗੀ ਕਿ ਅੰਦੋਲਨ ਨੂੰ ਮਜ਼ਬੂਤ ਕਰੇਗੀ। ਨਹੀਂ ਮੈਨੂੰ ਅਗਲੀ ਗੱਲ ਇੱਕ ਮਿੰਟ ਪਹਿਲਾਂ ਹੋਵੇ ਵਾਲੀ ਗੱਲ ਕਰੀਏ। ਹੋਰ ਦੂਸਰੀ ਗੱਲ ਇਹ ਆ ਕਿ ਜਿਹੜਾ ਜ਼ਰੂਰੀ ਵਸਤਾਂ ਸੋਧ ਕਾਨੂੰਨ ਆ ਉਹ ਬਹੁਤ ਜ਼ਿਆਦੇ ਸਭ ਤੋਂ ਵੱਧ ਜਾ ਕੇ ਮਜ਼ਦੂਰਾਂ ਦੇ ਤੇ ਹੋਰ ਖੱਫਤਕਰਾਂ ਦੇ ਖਿਲਾਫ ਆ। ਇਸ ਕਰਕੇ ਉਹਦੀ ਪੂਰੀ ਤਰ੍ਹਾਂ ਨਾਲ ਵਿਆਖਿਆ ਕਿ ਤੁਹਾਡੇ ਤੇ ਇਹ ਕੀ ਕੀ ਅਸਰ ਪੈਣਗੇ। ਅਸੀਂ ਇਹ ਦੇਖਦੇ ਆ ਕਿ ਕਾਰਪੋਰੇਟ ਘਰਾਣਿਆਂ ਨੇ ਜਦੋਂ ਪਾਣੀ ਤੇ ਕਬਜ਼ਾ ਕਰ ਲਿਆ ਤੇ ਪਾਣੀ ਦੀ ਇੱਕ 700 ਗ੍ਰਾਮ ਦੀ ਬੋਤਲ ਉਹਨਾਂ ਨੂੰ 20 ਰੁਪਏ ਦੀ ਮਿਲਦੀ ਆ ਜਦੋਂ ਕਣਕ ਤੇ ਤੇ ਅਨਾਜ ਤੇ ਖਾਣ ਵਾਲੇ ਦਾਲਾਂ ਦੇ ਉੱਤੇ ਉਹ ਤੇਲਾਂ ਦੇ ਉੱਤੇ ਉਹਨਾਂ ਦਾ ਕਬਜ਼ਾ ਹੋ ਗਿਆ ਮਜ਼ਦੂਰ ਸਭ ਤੋਂ ਵੱਧ ਭੁੱਖਮਰੀ ਦਾ ਸ਼ਿਕਾਰ ਹੋਊਗਾ ਕਿਉਂਕਿ ਇਸ ਮੌਕੇ ਵੀ ਪੰਜਾਬ ਨੂੰ ਜਾਂ ਹਿੰਦੁਸਤਾਨ ਨੂੰ ਜਦੋਂ ਐ ਕਿਹਾ ਜਾਂਦਾ ਕਿ ਖੁਸ਼ਹਾਲ ਆ ਉਸ ਮੌਕੇ ਦੇ ਉੱਤੇ ਵੀ ਸਾਡੇ ਯੂਨੈਨ ਨਿਕਾ ਰਿਪੋਰਟਾਂ ਨੇ ਕਿ ਦਲਤ ਵਰਗ ਦੀਆਂ ਔਰਤਾਂ ਜਿਹੜੀਆਂ ਉਹ 14 ਸਾਲ ਘਟ ਜਾਂਦੀਆਂ ਕਿਉਂਕਿ ਉਹਨਾਂ ਦੇ ਕੋਲੇ ਖਾਦ ਖਰਾਕ ਦੇ ਜਿਹੜੇ ਸੌਮੇ ਆ ਉਹ ਨਹੀਂ ਹੈ ਤੇ ਜਦੋਂ ਇਹ ਕਾਨੂੰਨ ਲਾਗੂ ਹੋ ਗਿਆ ਇਸ ਕਰਕੇ ਇਹ ਮਜ਼ਦੂਰਾਂ ਦੇ ਕੀ ਕੀ ਸਰਪਨਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਸਭਨਾਂ ਨੂੰ ਮਜ਼ਦੂਰਾਂ ਤੱਕ ਬਹੁਤ ਸ਼တိਕ ਤਰੀਕੇ ਨਾਲ ਉਹਨਾਂ ਨੂੰ ਸਮਝਾਉਣ ਦੀ ਵੀ ਲੋੜ ਆ ਉਹਨਾਂ ਨੂੰ ਲੈ ਕੇ ਜਾਣ ਦੀ ਵੀ ਲੋੜ ਆ ਔਰ ਇਹਦੇ ਵਾਸਤੇ ਜਿੱਦਾਂ ਅਸੀਂ ਕਿਸਾਨ ਜੱਫੇ ਬੰਦਿਆਂ ਨੂੰ ਵੀ ਅਪੀਲ ਕੀਤੀ ਆ ਕਿ ਉਹ ਵੀ ਮਜ਼ਦੂਰਾਂ ਨੂੰ ਨਾਲ ਲੈਣ ਵਾਸਤੇ ਉਹਨਾਂ ਦੇ ਵਿਹੜਿਆਂ 'ਚ ਜਾਣ ਤੇ ਇਹ ਲਾਜ਼ਮੀ ਤੌਰ ਦੇ ਉੱਤੇ ਆ ਕਿ ਕਦਮ ਬਕਦਮ ਗੱਲ ਅੱਗੇ ਵਧ ਰਹੀ ਆ ਇਸ ਤਰ੍ਹਾਂ ਦੇ ਡਿਬੇਟ ਨਾਲ ਖਤਰਾ ਹੋਏਗਾ ਕਿ ਕੋਈ ਹਾਊਸਿੰਗ ਦਾ ਅੰਦੋਲਨ ਦਲਿਤਾਂ ਲਈ ਕੋਈ ਮੰਡਰੇਗਾ ਦਾ ਅੰਦੋਲਨ ਕੋਈ ਜ਼ਮੀਨਾਂ ਦੀ ਵੰਡ ਦਾ ਅੰਦੋਲਨ ਕੋਈ ਵਿਦਿਆ ਦਾ ਅੰਦੋਲਨ ਨਵੇਂ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਹੋਰ ਪ੍ਰਤੀਕਰਨ ਦਾ ਅੰਦੋਲਨ ਇਹ ਅੰਦੋਲਨ ਸਿੰਘੂ ਬਾਡਰ ਤੋਂ ਸ਼ੁਰੂ ਹੋ ਜਾਣਗੇ ਨਹੀਂ ਮੈਨੂੰ ਇੰਡੀਵਿਜੂਅਲ ਗਰੋਥ ਵੀ ਦੇਖਣੀ ਹੋਵੇ ਜਾਂ ਸਮਾਜ ਦੀ ਵੀ ਦੇਖਣੀ ਹੋਵੇ ਜਦ ਤੱਕ ਆਪਣੀਆਂ ਕਮੀਆਂ ਪੇਸ਼ੀਆਂ ਤੇ ਲਗਾਤਾਰ ਗੱਲ ਨਹੀਂ ਹੁੰਦੀ ਉਦੋਂ ਤੱਕ ਅਸੀਂ ਕਿਦਰੇ ਇਕ ਨਰਵਾ ਸਮਾਜ ਸਿਰਜਣ ਵੱਲ ਵੱਧਦੇ ਨਹੀਂ ਹੁੰਦੇ ਤੇ ਉਹ ਸਭ ਤੋਂ ਸਟੀਕ ਜਿਹੜਾ ਸਮਾਂ ਹੈ ਉਹ ਅੰਦੋਲਨ ਹੀ ਹੁੰਦੇ ਨੇ ਕਿਉਂਕਿ ਉਦੋਂ ਹੀ ਸਾਰਾ ਜਰਾਨੀ ਵਾਲਾ ਚਾਰਜਡ ਹੁੰਦਾ ਹੈ ਤੇ ਉਹ ਆਪਣੇ ਆਪਣੇ ਸਵਾਲਾਂ ਨਾਲ ਜੂਝ ਰਿਹਾ ਹੁੰਦਾ ਹੈ ਪਰ ਬਸ ਮੈਨੂੰ ਸਿਰਫ ਮੇਰੀ ਉਮੀਦ ਇਹ ਹੀ ਹੈ ਵੀ ਕਿਤੇ 20 ਸਾਲ ਬਾਅਦ ਆਪਾਂ ਇਹੀ ਨਾ ਕਹੀਏ ਵੀ ਐਟਲੀਸਟ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਤਾਂ ਲੱਗ ਰਿਹਾ ਹੈ ਗੱਲ ਇਹਦੇ ਤੋਂ ਅੱਗੇ ਵੀ ਤੁਰੇ ਕਿਉਂਕਿ ਮੈਨੂੰ ਲੱਗ ਰਿਹਾ ਹੈ ਵੀ ਪਿਛਲੇ 20 30 ਸਾਲਾਂ ਤੋਂ ਐਟਲੀਸਟ ਮੈਂ ਇਹ ਤਾਂ ਸੁਣ ਰਿਹਾ ਹਾਂ ਵੀ ਐਟਲੀਸਟ ਇਹ ਨਾਰਾ ਤਾਂ ਲੱਗ ਰਿਹਾ ਹੈ ਇਹਦੇ ਤੋਂ ਗੱਲ ਅੱਗੇ ਤੁਰੇਗੀ ਮੈਨ ਗੱਲ ਅੱਗੇ ਤੁਰਨੀ ਚਾਹੀਦੀ ਹੈ ਗੱਲ ਤੇ ਇੰਨੀ ਨਿਟ ਕੇ ਤੁਰਨੀ ਚਾਹੀਦੀ ਹੈ ਦੇਖੋ ਜਿਹੜਾ ਹੁੰਦਾ ਨਾ ਜੀ ਸੇਵ ਵਾਲਾ ਜੀ 9 ਮਾਸ ਦਾ ਰਿਸ਼ਤਾ ਉਹ ਐਦਾ ਹੁੰਦਾ ਅ ਦੇਖਿਆ ਨੋ ਮਾਸਟਰ ਰਿਸ਼ਤਾ ਇੱਕ ਦਿਨ ਵੜਾ ਗਿਆ ਖਤਰਾ ਆ ਗਿਆ ਵੀ ਕਿਤੇ ਡਾਇਰੈਕਟ ਪੇਮੈਂਟ ਨਾ ਹੋ ਜੇ ਕਿਤੇ ਆਰਤੀਆਂ ਦਾ ਪਤਾ ਨਾ ਘਟਿਆ ਜਾਏ ਤੇ ਸਿੱਧੀ ਆ ਗਈ ਕਹਿੰਦੇ ਆਰਤੀਆਂ ਦੇ ਹੱਕ ਵਿੱਚ ਡਟੇ ਮੁੱਖ ਮੰਤਰੀ ਤੇ ਜਿੱਦਨ ਕਿਸਾਨ ਆਰਗੇਨਾਈਜੇਸ਼ਨਾਂ ਤੇ ਬੀਕੇ ਯੂ ਤਮਾਮ اے بی ਸੀ ਸਾਰੀਆਂ ਇਹ ਜਿੱਦਨ ਡਟ ਕੇ ਕਿ ਭਾਈ ਅਸੀਂ ਡਟ ਗਏ ਹੁਣ ਪਿੰਡਾਂ ਚ ਇਹ ਵੇੜੇ ਤੇ ਜ਼ਿੰਮੇਵਾਰ ਅਧਿਕਾਰੀ ਤਾਂ ਵਖ ਵਖ ਨਹੀਂ ਹੋ ਸਕਦੇ ਵੀ ਉਹਨਾਂ ਦੀਆਂ ਨਾਲੀਆਂ ਹੋਰ ਤਰ੍ਹਾਂ ਦੀਆਂ ਤੁਹਾਡਾ ਸੀਵਰੇਜ ਸਿਸਟਮ ਹੋਰ ਤਰ੍ਹਾਂ ਦਾ ਉਹਨਾਂ ਦੇ ਬੱਚਿਆਂ ਦੇ ਸਕੂਲ ਹੋਰ ਤਰੀਕੇ ਦੇ ਤੁਹਾਡੇ ਹੋਰ ਤਰੀਕੇ ਦੇ ਤੇ ਜਿਵੇਂ ਹਮੀਰ ਜੀ ਕਹਿੰਦੇ ਨੇ ਕਿ ਫਿਰ ਇਹ ਜਿਹੜੇ ਸਵਾਲ ਨੇ ਨਾ ਇਹ ਸਾਰੇ ਸਮਾਜ ਦੇ ਉੱਤੇ ਆਣਗੇ ਫਿਰ ਇਹ ਨਹੀਂ ਹੋ ਸਕਦਾ ਵੀ ਸਾਡੇ ਘਰਾਂ 'ਚ ਮੁੰਡੇ ਲਈ ਕੁੜੀ ਲਈ ਰਿਸ਼ਤਾ ਦੇਖਣਾ ਹੋਵੇ ਤੇ ਫਿਰ ਇੱਕ ਕਾਸਟ ਦੇ ਲੋਕ ਹੀ ਕੰਸੀਡਰ ਕੀਤੇ ਜਾ ਰਹੇ ਜਾ ਰਹੇ ਹੋਣ ਤੇ ਜਾਤੀ ਦੇ ਆਧਾਰ ਦੇ ਉੱਤੇ ਪਹਿਲਾਂ ਹੀ ਲੱਖਾਂ ਕਰੋੜਾਂ ਜਿਹੜੇ ਨੇ ਉਹ ਰਿਜੈਕਟ ਕੀਤੇ ਜਾ ਚੁੱਕੇ ਹੋਣ ਜੇ ਦਿਲਾਂ ਦੇ ਵਿੱਚ ਇਹ ਕੰਧਾਂ ਨੇ ਤੇ ਇਹ ਸਿੰਘੂ ਬਾਰਡਰ ਤੇ ਵੀ ਰਹਿਣ ਗਿਆ ਤੇ ਜੇ ਸਿੰਘੂ ਬਾਰਡਰ ਤੇ ਚੁਬਦੀਆਂ ਨੇ ਤਾਂ ਫਿਰ ਮਿੱਤਰੋ ਦਿਲਾਂ ਵਾਲੀਆਂ ਤੇ ਵੀ ਝਾਤ ਮਾਰੀਏ ਇਹ ਰਿਸ਼ਤੇ ਨਿਭਾਇਆ ਨਿਭਦੇ ਨੇ ਨਹੀਂ ਤਾਂ ਸੀਰੀ ਦੇ ਜੱਟ ਦੇ ਗੱਲ ਰੱਖ ਕੇ ਸੀਰੀ ਹੋਵੇ ਤੇ ਸੀਰੀ ਦੇ ਗੱਲ ਰੱਖ ਕੇ ਜੱਟ ਹੋਵੇ ਤੇ ਜ਼ਮੀਨ ਕੇ ਵਾ ਇੱਕ ਦੀ ਹੋਵੇ ਤੇ ਫਿਰ ਗੱਲ ਨਹੀਂ ਬਣਨੀ ਅਜੇ ਤੱਕ ਨਹੀਂ ਤਨਵਾ ਤੇਰਾ ਰੱਖ